ਅਨੰਦ ਕਰ ਆਦਬ ਹੈ ਹੈਲੋ ਮੈਂ ਹਾਂ ਤੁਹਾਡਾ ਦੋਸਤ ਐ ਹੋਸਟ ਪ੍ਰਮੇਂਦਰ ਸਿੰਘ Papa Twitter ਤੇ ਅੱਜ ਜਿਵੇਂ ਲੰਮੇ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਸੀ ਆਪਾਂ ਸਾਰੇ ਜਾਣਦੇ ਆ ਕਿ ਇੱਕ ਸੋਲਡ ਆਊਟ ਸ਼ੋ ਜਿਹੜਾ ਸਾਡੇ ਆਪਣੇ ਚਾਹੀਤੇ ਲੋਕ ਗਾਇਕ ਵੀਰ ਭਜਨਮਾਨ ਜਿਹੜੇ ਸਾਡੇ ਆਪਣੇ ਪਰਿਵਾਰ ਦੇ ਮੈਂਬਰੀ ਨੇ ਇੱਕ ਪਰਿਵਾਰ ਇਹਨਾਂ ਦਾ ਭਾਵੇਂ ਕੈਨੇਡਾ 'ਚ ਵੱਸਦਾ ਇੱਕ ਜਿਹੜਾ ਪਸ਼ੋਕੜ ਇਹਨਾਂ ਦਾ ਪੰਜਾਬ ਦੇ ਮਾਲਵੇ ਖਿੱਤੇ ਦੇ ਵਿੱਚ ਵੱਸਦਾ ਲੇਕਿਨ ਹੁਣ ਸਾਰੀ ਦੁਨੀਆ ਉਹਨਾਂ ਦਾ ਵੇੜਾ ਬਣ ਚੁੱਕੀ ਹੈ ਤੇ ਮਿਹਰਬਾਨ ਜੀ ਜੀ ਆਇਆਂ ਨੂੰ ਸਵਾਗਤ ਤੁਹਾਡਾ ਬਹੁਤ-ਬਹੁਤ ਬਹੁਤ ਮਿਹਰਬਾਨੀ ਭਾਈ ਜੀ ਸਾਰੇ ਤੁਹਾਡੇ ਸਰੋਤਿਆਂ ਨੂੰ ਬਹੁਤ ਪਿਆਰ ਸਿਹਤ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਜੀ ਤੇ ਸਪਾਈਸ ਤੁਹਾਡੀ ਰੇਡੀਓ ਸਪਾਈਸ ਦੀ ਸਾਰੀ ਟੀਮ ਸਾਰਿਆਂ ਨੂੰ ਤੁਹਾਡੇ ਵਿਹੜੇ ਵਿੱਚ ਆ ਕੇ ਬਹੁਤ ਚੰਗਾ ਲੱਗਿਆ ਜੀ ਮਾ ਸਾਹਿਬ ਸਮੇਂ ਦੇ ਨਾਲ ਵੈਸੇ ਤਾਂ ਪਹਿਲਾਂ ਵੀ ਬਹੁਤ ਸਹਿਜ ਰਹੇ ਤੁਸੀਂ ਕਿਉਂਕਿ ਤੁਹਾਨੂੰ ਲੋਕਾਂ ਦੀ ਸੰਗਤ ਤੁਹਾਨੂੰ ਮਿਲਦੀ ਰਹੀ ਲੇਕਿਨ ਮੈਂ ਦੇਖਿਆ ਤੁਸੀਂ ਜ਼ਿੰਦਗੀ ਦੇ ਹਰ ਰੰਗ ਨੂੰ ਬਹੁਤ ਖੁਬਕੇ ਗਾਇਆ ਲਫ਼ਜ਼ਾਂ ਦੇ ਵਜ਼ਨ ਨੂੰ ਬਹੁਤ ਸ਼ਾਨਦਾਰ ਢੰਗ ਦੇ ਨਾਲ ਪੇਸ਼ ਆਣਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਾਪੂ ਕਰਨੈਲ ਸਿੰਘ ਪਾਰਸ ਰਾਮੂ ਵਾਲੀਆ ਜੀ ਜਾਂ ਬਾਪੂ ਸਿੰਘ ਮਾਨ ਜਿਹਨਾਂ ਨੂੰ ਮਾਨ ਮਰਾੜਾ ਵਾਲਾ ਕਹਿੰਦੇ ਆਪਾਂ ਬਚਪਨ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਕੰਨਾਂ ਦੇ ਵਿੱਚ ਪੈਂਦੀਆਂ ਰਹੀਆਂ ਹੋਣਗੀਆਂ ਤੁਹਾਡੀ ਛੋਟੇ ਹੁੰਦੇ ਦੀ ਕਵੀਸ਼ਰੀ ਬਹੁਤ ਵਾਇਰਲ ਹੁੰਦੀ ਹੁੰਦੀ ਸੀ ਸੋ ਸਾਨੂੰ ਥੋੜੇ ਜਿਹੇ ਪ੍ਰਭਾਵ ਜਿਹੜੇ ਸੀ ਉਹਨਾਂ ਦਿਨਾਂ ਦੇ ਦੋ ਪੰਜਾਂ ਨੂੰ ਜੋੜ ਕੇ ਸਿੱਖਿਆ ਮੈਂ ਨਾ ਜੀ ਛੋਟੇ ਪਈ ਮੈਂ ਬਹੁਤ ਖੁਸ਼ਕਿਸਮਤ ਆ ਕਿ ਮੈਨੂੰ ਬਹੁਤ ਇਸੇ ਲੋਕਾਂ ਦੀ ਸੰਗਤ ਮਿਲੀ ਹਾਂਜੀ ਐਸਾ ਸੰਗੀਤ ਸੁਣਨ ਦਾ ਮੈਨੂੰ ਮੌਕਾ ਮਿਲਿਆ ਜੀ ਕਿ ਜਿੱਥੇ ਆਪਾਂ ਜਿਹੜਾ ਕਿੰਨੇ ਵੀ ਇੱਕ ਤਾਂ ਫੋਕ ਫੋਕ ਤੋਂ ਲੈ ਕੇ ਕਲਾਸਿਕਲ ਤੱਕ ਜੀ ਬਹੁਤ ਹੁੰਦਾ ਲੋਕਾਂ ਨੂੰ ਕਮਾਲ ਉਹ ਚਕੋਟੀ ਦੇ ਲੋਕਾਂ ਨੂੰ ਸੁਣਨ ਦਾ ਮੌਕਾ ਮਿਲਿਆ ਜੀ ਔਰ ਜਦ ਮੈਂ ਛੋਟਾ ਜਿਹਾ ਸੀ ਜੀ ਉਦੋਂ ਪਿੰਡਾਂ 'ਚ ਸਪੀਕਰ ਵੱਜਦੇ ਸੀ ਆਹ ਤੇ ਸਵੇਰੇ ਸ਼ਾਮੀ ਰਹਿਰਾਸ ਪਾਰਟ ਤੋਂ ਬਾਅਦ ਸਵੇਰੇ ਜਪਜੀ ਸਾਹਿਬ ਦਾ ਪਾਠ ਲੱਗਣਾ ਤੇ ਫਿਰ ਢਾਟੀਆਂ ਦੇ ਲੱਗਣੇ ਗੀਤ ਜੀ ਤੇ ਉਦੋਂ ਸਾਡੇ ਦਰਮਾਲ ਵਿੱਚ ਰਾਮੂ ਵਾਲੀ ਬਹੁਤ ਮਸ਼ਹੂਰ ਸੀ ਬਾਪੂ ਜੀ ਪਾਰਸ ਫਿਰ ਗਾਂ ਕਰਤਾਰ ਸਿੰਘ ਮੰਡੀ ਗੜਾ ਚਮਕੌਰ ਤੋਂ ਸਿੱਖੋਂ ਇਹ ਸਾਰੇ ਅਮਰ ਸੋਖੀ ਸੋਨ ਸੋਸੀਤਲ ਜੀ ਜੀ ਸਾਡੇ ਬਠਿੰਡੇ ਤੋਂ ਗੁਰਦੇਵ ਸਿੰਘ ਯੋਗੀ ਕੀ ਬਾਤ ਆ ਹਾਂ ਤੇ ਐਸੇ ਲੋਕਾਂ ਨੂੰ ਸੁਣ ਸੁਣ ਕੇ ਉਹਨੇ ਦੇ ਮਾਨਕ ਸਾਹਿਬ ਵੀ ਜੋਬਨ ਤੇ ਸੀ ਪੂਰੇ ਬਿਲਕੁਲ ਸਹੀ ਮੇਰੇ ਨਾਨਕੇ ਆ ਭਗਤਾ ਭਾਈ ਕੇ ਜੀ ਨਾਲ ਹੀ ਜਲਾਲ ਉਹਨਾਂ ਦੇ ਪਿੰਡ ਹਾਂਜੀ ਤੋ ਐ ਜੇ ਲੋਕਾਂ ਜਿਹੜੀਆਂ ਜਦੋਂ ਹੁੰਦਾ ਨਾ ਬੰਦਾ ਬਚਪਨ ਚ ਖੇਡਦਾ ਭੱਜੇ ਫਿਰਦੇ ਜਿਵੇਂ ਸਭ ਦਾ ਬਚਪਨ ਹੁੰਦਾ ਹੀ ਆਂ ਪਿੰਡਾਂ ਚ ਜੀ ਤੇ ਸਾਰਾ ਦਿਨ ਜਿਹੜੀਆਂ ਆਵਾਜ਼ਾਂ گاਉਂ ਚ ਇਹ ਪੈਂਦੀਆਂ ਸੀ ਕੰਨਾਂ ਚ ਕਿਆ ਬਾਤ ਹੈ ਤੇ ਇਹਨਾਂ ਲੋਕਾਂ ਦੀ ਜਿਹੜੀ ਗਾਇਕੀ ਤਦ ਕੋਈ ਕੁਐਸਚਨ ਹੀ ਨਹੀਂ ਬਹੁਤ ਪਾਇਦਾਰ ਗਾਇਕੀ ਸੀ ਕੋਈ ਸ਼ੱਕ ਫੇਰ ਸਾਡੇ ਫਾਦਰ ਸਾਹਿਬ ਨੂੰ ਕਵੀਸ਼ਰੀ ਸੁਣਨ ਦਾ ਬਹੁਤ ਸ਼ੁਕੀਨ ਸੀ ਅੱਛਾ ਫਾਦਰ ਸਾਹਿਬ ਨਾਲ ਉਹਨਾਂ ਦਾ ਫਿਰ ਵਾਪਕ ਇੱਕ ਪ੍ਰੋਗਰਾਮ ਤੇ ਟੱਕਰੇ ਕਿਤੇ ਕਿਸੇ ਰਿਸ਼ਤੇਦਾਰੀ ਚ ਅੱਛਾ ਜੀ ਅਗਲੇ ਬਾਰੇ ਉਹ ਸਾਡੇ ਪਿੰਡ ਬੁਲਾਇਆ ਫਾਦਰ ਸਾਹਿਬ ਨੇ ਉਹਨਾਂ ਨੂੰ ਜੀ ਤੇ ਉਸ ਤੋਂ ਬਾਅਦ ਘਰੀ ਰਹੇ ਤੇ ਬਸ ਫਿਰ ਉੱਥੋਂ ਚੱਲੋ ਸੋ ਚੱਲ ਜੀ ਫਿਰ ਕਵੀਸ਼ਰੀ ਤੋਂ ਸ਼ੁਰੂ ਹੋ ਗਏ ਕਹਨੇ ਸੋਚਿਆ ਸੀ ਬਚਪਨ ਦੇ ਵਿੱਚ ਕਿ ਇੱਕ ਦਿਨ ਤੁਹਾਡੀ ਰਿਸ਼ਤੇਦਾਰੀ ਕੋਈ ਕਿਸੇ ਨੇ ਵੀ ਨਹੀਂ ਸੋਚਿਆ ਹਾਂ ਕੋਈ ਦੇਖੋ ਭਾਜੀ ਉਹ ਆਪਾਂ ਕਹਿੰਦੇ ਮਨ ਚਾਹਤ ਕੁਝ ਔਰ ਔਰ ਹੈ ਕਿ ਔਰ ਹੈ ਬਈ ਕੀ ਬਾਤ ਹੈ ਤੇ ਉਹ ਉਸ ਕੋਈ ਪਤਾ ਨਹੀਂ ਕੋਈ ਬੰਦਾ ਮੈਂ ਕਹਿੰਦਾ ਜ਼ਿੰਦਗੀ ਨੂੰ ਮੈਂ ਹਰ ਚੀਜ਼ ਨੂੰ ਮੈਂ ਇੱਕ ਸਬੱਬ ਤੇ ਵਿਧ ਨਾਲ ਜੋੜਦਾ ਜੀ ਜੀ ਬਿਯੋਂਡ ਦੈਟ 브ਦਰ ਦਰ ਇਜ਼ ਨਥਿੰਗ ਜੀ ਬਹੁਤ ਲੋਕ ਜਿੰਦਗੀ ਪਰ ਉਹ ਮੈਂ ਕੋਈ ਕਸਰ ਨਹੀਂ ਛੱਡਦੇ ਜੀ ਪਰ ਫਿਰ ਕਿਤੇ ਨਹੀਂ ਪਹੁੰਚਦੇ ਕੋਈ ਸ਼ੱਕ ਨਹੀਂ ਹਾਂ ਬੱਚਾ ਕਿ ਨਜ਼ਰ ਸਵਰਲੀ ਸਤਗੁਰ ਸੱਚਾ ਜੀ ਕੀ ਬਾਤ ਹੈ ਮੂੰਹ ਵਿੱਚ ਸੱਪ ਪਾ ਬੈਠੇ ਭੋਲਾ ਬੱਚਾ ਜੀ ਆਹ ਨਾਗ ਲਾੜ ਕਰਨ ਲੱਗ ਜਾਂਦਾ ਜ਼ਹਿਰੀ ਨਾਗ ਪਿਤਾ ਕੌਣ ਕਿਸੇ ਦੇ ਹੋ ਸਕਦਾ ਹੈ ਭਾਗ ਪਿਤਾ ਆਹ ਆਹ ਇਹ ਭਾਰ ਸਾਹਿਬ ਦੀ ਬਹੁਤ ਕਮਾਲ ਦੀ ਕਵਤਾ ਸੀ ਜੀ ਗੱਲ ਇਹ ਹੈ ਕਿ ਬਸ ਇਹ ਹੈ ਕਿ ਤੁਸੀਂ ਆਪਦੀ ਲਗਨ ਨਾਲ ਲੱਗੇ ਰਹੋ ਜੀ ਬਹੁਤ ਸੋਹਣੀ ਤੇ ਸਿਆਣੇ ਕਹਿੰਦੇ ਭਜਾਈ ਚੱਲ ਕੋੜਾ ਕਿਤੇ ਤਾਂ ਪਿੰਡ ਆਊਗਾ ਆਹ ਹਾ ਹਾ ਮੈਂਟਰਨ ਕੈਨੇਡਾ ਤੋਂ ਜਗਦੀਪ ਸਿੰਘ ਉਹਨੇ ਤੁਹਾਨੂੰ ਸਸਿਕਾ ਬੁਲਾ ਰਹੇ ਸਸਿਕਾ ਜੀ ਐਡਮਿੰਟਰ ਵਾਲੇ ਦਾ ਜੀ ਸਾਡੇ ਕੈਨੇਡਾ ਵਾਲੇ ਜੀ ਜੀ ਆ ਮਾਸਾ ਮੈਨੂੰ ਇਹ ਵੀ ਦੱਸੋ ਵੀ ਇਹ ਸਾਡੇ ਚੰਗੇ ਭਾਗ ਨੇ ਕਿ ਤੁਸੀਂ ਸਾਡੇ ਛੋਟੇ ਸਖੂਬਸੂਰਤ ਮੁਲਕ ਨੂੰ ਵੀ ਆਪਣੇ ਪਰਿਵਾਰ ਦਾ ਹਿੱਸਾ ਬਣਾ ਲਿਆ ਜਦੋਂ ਜਦੋਂ ਵੀ ਤੁਹਾਡੇ ਸ਼ੋਅ ਅਨਾਉਂਸ ਹੁੰਦੇ ਆ ਜੀ ਤੇ ਸਾਨੂੰ ਚਾਰਜ ਚੜ ਜਾਂਦਾ ਵੀ ਸਾਡੇ ਪਿੰਡੋਂ ਕੁਝ ਸੁਖ ਸੁਨੇਹਾ ਲੈ ਕੇ ਆਉਣ ਲੱਗਿਆ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਿਸ ਤਰ੍ਹਾਂ ਦੇ ਇਸ ਵਰ ਨਵੇਂ ਅੰਦਾਜ਼ ਵੈਸੇ ਸਵਾਲ ਪੁੱਛਣਾ ਬਣਦਾ ਨਹੀਂ ਮੈਨੂੰ ਨਾ ਜੀ ਬ੍ਰਦਰ ਜਿਹੜਾ ਆਕਲੈਂਡ ਨਾ ਮੈਨੂੰ ਹਮੇਸ਼ਾ ਕੁਝ ਸ਼ਹਿਰ ਇੱਥੇ ਹੁੰਦੇ ਤੁਸੀਂ ਤੁਹਾਨੂੰ ਪਤਾ ਹੁੰਦਾ ਮੈਂ ਜਦੋਂ ਵੀ ਜਾऊं ਯਾਰ ਇੱਥੇ ਬਹੁਤ ਪਿਆਰ ਮਿਲੂਗਾ ਹਾਂਜੀ ਜਿਵੇਂ ਇੱਕ ਹੁੰਦੇ ਨਾ ਕਲਾਕਾਰ ਦੀ ਵੀ ਇੱਕ ਬੇਫਿਕਰੀ ਜੀ ਜਾਂਦਾ ਜੀ ਤੇ ਆਕਲੈਂਡ ਇਹ ਹੈ ਕਿ ਜਦੋਂ ਵੀ ਆਪਾਂ ਆਏ ਇੱਥੇ ਸੋਲਡ ਆਊਟ ਸ਼ੋ ਹੁੰਦਾ ਹੈਗਾ ਜੀ ਹਮੇਸ਼ਾ ਇੰਨੇ ਪਿਆਰ ਸਮੀਤ ਸਾਰੇ ਪਹੁੰਚਦੇ ਐ ਇਤਕੀ ਤੇ ਪਹਿਲੇ ਹੀ ਸਾਰਾ ਹੋ ਗਿਆ ਜੀ 2 ਹਫ਼ਤੇ ਪਹਿਲਾਂ ਹੀ ਹੋ ਗਿਆ ਜੀ 2 ਹਫ਼ਤੇ ਪਹਿਲਾਂ ਜੀ ਤੇ ਸੋ ਹਾਂ ਬਾਕੀ ਇਹ ਹੈ ਕਿ ਹਰੇਕ ਸ਼ੋ ਹਰੇਕ ਸਟੇਜ ਉਹ ਨਵੀਂ ਹੈ ਜੀ ਤੁਸੀਂ ਹਰੇਕ ਵਾਰੀ ਕਿੰਮਤ ਧਿਆਨ ਦੇਣ ਜਾ ਰਹੇ ਹੁੰਨੇ ਹੋ ਇਹ ਸਟੇਜ ਐਸੀ ਚੀਜ਼ ਆ ਕਿ ਉਹ ਮਾਲਕ ਦੀ ਮਿਹਰ ਨਾਲ ਹੀ ਹੀ ਇਹ ਸਜਦੀ ਆ ਫੱਬਦੀ ਆ ਜੀ ਕਿਆ ਬਾਤ ਹੈ ਤੇ ਕਦੇ ਵੀ ਕੋਈ ਵੀ ਗਲਤੀ ਖਾ ਸਕਦਾ ਕੋਈ ਵੀ ਕਮੀ ਰਹਿ ਸਕਦੀ ਹੈ ਜੀ ਤੇ ਜੇ ਮੈਂ ਕਮਾਂ ਵੀ ਅੱਜ ਹੁਣ ਮੈਂ 33 34 ਸਾਲ ਪ੍ਰੋਫੈਸ਼ਨਲ ਗਾ ਕੇ ਜੀ ਹੁਣ ਤਾਂ ਮੈਨੂੰ ਕੋਈ ਚਿੰਤਾ ਹੀ ਨਹੀਂ ਹੁੰਦੀ ਨਾ ਆਮ ਵੈਰੀ ਈਚ ਟਾਈਮ ਆਈ ਗੋ ਔਨ ਦਾ ਸਟੇਜ ਜੀ ਆਮ ਵੈਰੀ ਨਰਵਸ ਦੇਖਣਿਆ ਦੇਖਦੇ ਆ ਅਖਾੜੇ ਵਾਲੀ ਗਾਇਕੀ ਜਿਹੜੀ ਹੌਲੀ ਹੌਲੀ ਮਨਫੀ ਹੋ ਗਈ ਲੇਕਿਨ ਇਹ ਬਹੁਤ ਵੱਡੀ ਗੱਲ ਆ ਕਿ ਤੁਸੀਂ ਜਿਸ ਤਰੀਕੇ ਨਾਲ ਤੁਹਾਨੂੰ ਚੰਡਿਆ ਗਿਆ ਜਿਸ ਹਿਸਾਬ ਨਾਲ ਤੁਹਾਡੀ ਤਾਂ ਸੀਮਾ ਦੇ ਵਿੱਚ ਖੜਾ ਗਾਇਕੀ ਦੇ ਵਿੱਚ ਉਹਨਾਂ ਚਰੰਦਾ ਗਾਇਕਾਂ ਦੇ ਵਿੱਚ ਅੱਜ ਵੀ ਤੁਹਾਡਾ ਨਾਂ ਗੂੰਜਦਾ ਬਿਲਕੁਲ ਜੀ ਬਿਲਕੁਲ ਹਰ ਉਮਰ ਦੇ ਵਰਗ ਦੇ ਲੋਕ ਉਹਨੇ ਪਿਆਰ ਕਰਦੇ ਆ ਹਾਂ ਬਹੁਤ ਵੱਡੀ ਗੱਲ ਹੈ ਜੀ ਕਿ ਦੇਖੋ ਬੱਚੇ ਵੀ ਆਉਂਦੇ ਆ ਪ੍ਰੋਗਰਾਮ 'ਚ ਤੇ ਬਜ਼ੁਰਗ ਵੀ ਆਉਂਦੇ ਆ ਜੀ ਹਾਂ ਜੀ ਤੇ ਨੌਜਵਾਨ ਆਉਂਦੇ ਆ ਪਰਿਵਾਰ ਆਉਂਦੇ ਆ ਜੀ ਤਾਂ ਇਸ ਕਰਕੇ ਜੀ ਕਿ ਦੇਖ ਲਓ ਕਦੇ ਮੈਨੂੰ ਸ਼ੋਅ 'ਚ ਇਹ ਚਿੰਤਾ ਨਹੀਂ ਹੁੰਦੀ ਕੋਈ ਗੜਬੜ ਨਾ ਹੋ ਜੇ ਜੀ ਅੱਜ ਤੱਕ ਭਾਜੀ ਮਾਲਕ ਨੇ ਇੰਨੀ ਇੱਜ਼ਤ ਰੱਖੀ ਹੈ ਕਿਸੇ ਸ਼ੋਅ 'ਚ ਮੇਰੇ ਕੋਈ ਕਦੇ ਗੜਬੜ ਨਹੀਂ ਹੋਈ ਜੀ ਕੀ ਬਾਤ ਹੈ ਇੰਨਾ ਕਿਉਂਕਿ ਸਾਰੇ ਆਪਦੇ ਪਰਿਵਾਰ ਨਾਲ ਬੈਠੇ ਜੀ ਮਾਹੌਲ ਇੰਨਾ ਵਧੀਆ ਹੁੰਦਾ ਤੇ ਤੁਹਾਡੀਆਂ ਜਿਹੜੀਆਂ ਲਾਈਵ ਗੱਲਾਂ ਬਾਤਾਂ ਹੁੰਦੀਆਂ ਨਾ ਉਹ ਵੀ ਬਹੁਤ ਰੰਗ ਬਰੰਗੇ ਉਹ ਦੇਖੋ ਸਭ ਸੰਗਤ ਦਾ ਅਸਰ ਆ ਜੀ ਹਨਾ ਫਿਰ ਐ ਸਾਨੂੰ ਪਾਰ ਸਾਹਿਬ ਨੇ ਪੜਨ ਲਾਤਾ ਜੀ ਕਿ ਹਰੇਕ ਅਖਬਾਰ ਕੋਈ ਚੀਜ਼ ਪੜਨ ਚਾਹ ਜਦੀ ਮਿਲੇ ਤਾਂ ਉਹ ਛੱਡਣੀ ਨਹੀਂ ਕਰੇ ਤੇ ਉਹਨਾਂ ਵਿੱਚੋਂ ਤੁਹਾਨੂੰ ਕੋਈ ਨਾ ਕੋਈ ਗੱਲ ਸੋਹਣੀ ਸੁਣ ਗਈ ਕੋਈ ਤੁਹਾਡੇ ਵਰਗੇ ਸੱਜਣ ਪਿਆਰੇ ਜੀ ਤੁਸੀਂ ਆਪ ਖੁਦ ਕਿੱਥੋਂ ਤੱਕ ਪਹੁੰਚੇ ਹੋ ਐਡੀਆਂ ਵੱਡੀਆਂ ਡਿਗਰੀਆਂ ਇੱਥੇ ਆ ਕੇ ਕੀਤੀਆਂ ਜੀ ਬਿਲਕੁਲ ਤੇ ਉਹ ਫਿਰ ਹੁੰਦਾ ਕਿ ਜਦੋਂ ਤੁਸੀਂ ਗਾਣਿਆਂ ਦੇ ਨਾਲ ਕੋਈ ਗੱਲਬਾਤ ਜੁੜ ਜਾਵੇ ਜਿਵੇਂ ਪੁਰਾਣੇ ਪਹਿਲਾਂ ਜਿਹੜੇ ਢਾਡੀ ਕਵੀਸ਼ਰ ਹੁੰਦੇ ਸੀ ਜੀ ਜੀ ਉਦੋਂ ਵਿੱਚ ਕੋਈ ਸਾਜ਼ ਤਾਂ ਹੁੰਦਾ ਨਹੀਂ ਸੀ ਕੋਈ ਸ਼ੱਕ ਉਹਨਾਂ ਨੇ ਕੋਈ ਪ੍ਰਸੰਗ ਤੋੜ ਲਿਆ ਆਹਾ ਛੋਟੇ ਸਹਿਬਜ਼ਾਦਿਆਂ ਦਾ ਗੁਰੂ ਅਰਜਨ ਦੇਵ ਜੀ ਦਾ ਭਗਤ ਸਿੰਘ ਦਾ ਜਿਹਦਾ ਵੀ ਸਰਾਬਾ ਕਰਤਾਰ ਸਿੰਘ ਸਰਾਬਾ ਤੋੜ ਲਿਆ ਹਾਂਜੀ ਜਿਹੜੋ ਵਿੱਚ ਲੈਕਚਰ ਹੁੰਦਾ ਸੀ ਜੀ ਤੇ ਲੋਕ ਜੇ ਲੈਕਚਰ ਕਰਨ ਲੱਗ ਜਾਂਦੇ ਲੋਕਾਂ ਨੂੰ ਇਹ ਲੈਕਚਰ ਹੀ ਕਰੀ ਜਾਵੇ ਕਾਬਾ ਹਨਾ ਜੀ ਜਦੋਂ ਗਾਉਂਦੇ ਸੀ ਤਾਂ ਲੋਕਾਂ ਕਹਿੰਦੇ ਵੀ ਕਵੀਸ਼ਰੀ ਗਾਈ ਜਾਣ ਜਾ ਰਹੇ ਗਾਉਣੀ ਸੁਣੀ ਜਾਈਏ ਉਹ ਜਿਹੜੇ ਹਿੱਸੇ ਲੋਕ ਸੀ ਜੀ ਮੈਂ ਦੇਖਿਆ ਮੈਂ ਤਾਂ ਬਹੁਤ ਟਾਡੀਆਂ ਦੇ ਅਖਾੜੇ ਕਵੀਸ਼ਰਾਂ ਦੇ ਦੇਖਿਆ ਉਹਨਾਂ ਨੇ ਮਤਲਬ ਇੰਨਾ ਕੰਟਰੋਲ ਹੁੰਦਾ ਸੀ ਆਡੀਅנס ਤੇ 2 2.5 ਘੰਟੇ ਕਿ ਜਦੋਂ ਜਿਹੜੇ ਪੁਆਇੰਟ ਤੇ ਉਹਨਾਂ ਦਾ ਜੀ ਕਰਦਾ ਵੀ ਇੱਥੇ ਉਹਨਾਂ ਨੂੰ ਹਸਾਉਣਾ ਥੋੜਾ ਹੈਵੀ ਹੋ ਗਿਆ ਤੇ ਉਹ ਸਾਹ ਦਿੰਦੇ ਸੀ ਜਿਉਂ ਨਾ ਕੋਈ ਨਾ ਮਸਾਲਾ ਹੁੰਦਾ ਸੀ ਜਿੱਥੇ ਉਹਨਾਂ ਦਾ ਹੁੰਦਾ ਜੀ ਥੋੜਾ ਜਿਹਾ ਇਹਨਾਂ ਨੂੰ ਹੁਣ ਸੀਰੀਅਸ ਕਰਨਾ ਰਵਾਉਣ ਤੱਕ ਉਹਨੂੰ ਵੀ ਰਵਾ ਸਕਦਾ ਮੈਂ ਫਰਾਗ ਚ ਲੈ ਆਓ ਫਰਾਗ ਚ ਲੈ ਆਉਣਾ ਜੀ ਦਾ ਅੱਛਾ ਤੁਸੀਂ ਨੌਜਵਾਨਾਂ ਦੀ ਗੱਲ ਕੀਤੀ ਇੰਟਰਸਟਿੰਗਲੀ ਸਦੂ ਜਸਵੀਰ ਕਹਿੰਦੇ ਬਾਦ ਸਾਹਿਬ ਨੂੰ ਜ਼ਰੂਰ ਬੇਨਤੀ ਕਰਿਓ ਕੁੰਡਲੀਆ ਸਾਪ ਵੀਰ ਖਾਲਸਾ ਜੀ ਉਹ ਦੁਬਾਰਾ ਨਵੇਂ ਮਿਊਜ਼ਿਕ ਚ ਗਾ ਸਕਣ ਬਹੁਤ ਸੋਹਣੀ ਬਹੁਤ ਸੋਹਣੀ ਸੁਜੈਸ਼ਨ ਹੈ ਜੀ ਜ਼ਰੂਰ ਕਰਾਂਗੇ ਜੀ ਵਾਦਾ ਰਿਹਾ ਜ਼ਰੂਰ ਕਰਾਂਗੇ ਜੀ ਹਾਂ ਬੈਕਗ੍ਰਾਉਂਡ ਦੀ ਮਾਟਰਾਂ ਸਾਡਾ ਮੈਂ ਤਾਂ ਤੁਹਾਨੂੰ ਜੀ ਐਨ ਨੂੰ ਕਹਿ ਰਿਹਾ ਕਹਿੰਦੇ ਭਾਈ ਜੀ ਦਿਲ ਆਪਣਾ ਪੰਜਾਬੀ ਆ ਮਰਬੀਸ ਵਧੀ ਹਣੀ ਤੁਹਾਨੂੰ ਬਹੁਤ ਹੀ ਮੈਟਰਸ ਸਾਹਿਬ ਵਧੀ ਸਾਹਿਬ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਸੋਨਾ ਬਾਲੋਣੀ ਟਰੋਂਗੇ ਤਾਂ ਤੁਹਾਨੂੰ ਯਾਦ ਕਰ ਰਹਾ ਬਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਪਿਆਰੇ ਮਿੱਤਰ ਹਰਵੰਸ ਸਿੰਘਾ ਤੁਹਾਨੂੰ ਯਾਦ ਕਰ ਰਿਹਾ ਵਾਹ ਵਾਹ ਸਿੰਘਾ ਸਾਹਿਬ ਰਾਜ ਭਰਾਰ ਹਰਾਨ ਦੇ ਮੈਂ ਬਹੁਤ ਦੋ ਤਿੰਨ ਗਾਣੇ ਗਾਏ ਆ ਜੀ ਮੈਂ ਕਪੂਜ਼ਰ ਕਿਤੇ ਤੱਕ ਜੀ ਬਹੁਤ ਤਕੜਾ ਬਹੁਤ ਵਧੀਆ ਜੀ ਮੈਂ ਦੋ ਗਾਣੇ ਗਾਏ ਆ ਦੋਨੇ ਕੰਪੋਜੀਸ਼ਨ ਪਹਿਲਾਂ ਉਹਨੇ ਮੈਨੂੰ ਧੱਕੇ ਨਾਲ ਗਵਾਇਆ ਕਹਿੰਦੇ ਯਾਰ ਤੂੰ ਗਾ ਇਹ ਅਸੀਂ ਬਾੜੇਵਾਲ ਮੇਰੀ ਵਾਈਫ ਦੇ ਨਾਨਕੇ ਆ ਜੀ ਲੁਧਿਆਣੇ ਦੇ ਨਾਲ ਹੀ ਜੀ ਤੇ ਰਾਜ ਉਹ ਤੋਂ ਕਮਾਨ ਸਾਹਿਬ ਨਾਲ ਕੰਮ ਕਰਦਾ ਹੁੰਦਾ ਸੀ ਅਜੇ ਕਾਇਕ ਨਹੀਂ ਬਣਿਆ ਸੀ ਬਿਲਕੁਲ ਸਹੀ ਮੇਰੀ ਚਿੱਠੀ ਨਹੀਂ ਚਿੱਠੀ ਦੇ ਬਾਅਦ ਦੂਜੀ ਰਿਕਾਰਡਿੰਗ ਚੱਲ ਰਹੀ ਸੀ ਜੀ ਆਹ ਹਾਂ ਤੇ ਉੱਥੇ ਮੈਨੂੰ ਰਾਜ ਬਾੜੇ ਵਾਲ ਆਇਆ ਕਿਉਂਕਿ ਤੁਰਕੀਏ ਵੀ ਨੜੇ ਹੁੰਦੇ ਸੀ ਮੇਨ ਰੋਡ ਤੇ ਇਹਨਾਂ ਦੇ ਉੱਤੇ ਹੁੰਦਾ ਸੀ ਸੀਐਮਸੀ ਦਾ ਹਾਂ ਜੀ ਇਹ ਉਹਨੇ ਕਹੇ ਯਾਰ ਆ ਗਾਣਾ ਬਹੁਤ ਸੋਹਣਾ ਤੂੰ ਗਾ ਭਿਜਗੀ ਗੁੜਤੀ ਨਾਲ ਤੁਸੀਂ ਨੇ ਉਹ ਮਹਾਰਾਜ ਰਾਜ ਵੀ ਮੈਨੂੰ ਇਹ ਮੈਨੂੰ ਮੇਰੇ ਲੱਗਦਾ ਨਹੀਂ ਮੇਰੇ ਸਵਾ ਦਾ ਮੈਂ ਕੰਫਰਟेबल ਨਹੀਂ ਕੀ ਬਾਤ ਕਹਿੰਦਾ ਨਹੀਂ ਯਾਰ ਗਾਣਾ ਜਿਵੇਂ ਤੂੰ ਸੋਚਦਾ ਹੋਵੇਂ ਨਹੀਂ ਬਹੁਤ ਸੋਹਣਾ ਗਾਣਾ ਕੋਈ ਸ਼ੱਕ ਨਹੀਂ ਤੇ ਪਰ ਚਲ ਤੂੰ ਦੇ ਜਾ ਮੈਂ ਸੋਚੂ ਉਹ ਫਿਰ ਕਿਤੇ ਸੀਐਮਸੀ ਦੇ ਕਿਸੇ ਕੰਮ ਉਹ ਮਾਸਟਰ ਲੈਂਡ ਦਿੱਲੀ ਚਰਨਜੀਤ ਹੁਜਾ ਸਾਹਿਬ ਕੋਲੇ ਗਿਆ ਅੱਛਾ ਉਹ ਕਹਿੰਦਾ ਜੀ ਹਰ ਭਜਨ ਸ਼ਾਇਦ ਨਾਲ ਲੱਤ ਲਾਵੇ ਤੇ ਗਾਣਾ ਜ਼ਰੂਰ ਗਵਾਓ ਤੋ ਤੇ ਗਾਣਾ ਚੱਲਣ ਵਾਲਾ ਜੀ ਜੀ ਤੇ ਉਹ ਫਿਰ ਚਲੋ ਹੁਜਾ ਸਾਹਿਬ ਵੀ ਮੈਨੂੰ ਕਹਿੰਦੇ ਵੀ ਗਾ ਤੂੰ ਤੇ ਦੇਖੋ ਕਿੰਨਾ ਵੱਡਾ ਉਹ ਗਾਣਾ ਹਿੱਟ ਹੋਇਆ ਕਰਾਜ ਦਾ ਹੋਰ ਬਹੁਤ ਖੂਬਸੂਰਤ ਗਾਣਾ ਮੈਂ ਗਾਇਆ ਸੀ ਜੀ ਵਧਾਈਆਂ ਜੀ ਵਧਾਈਆਂ ਤੁਸੀਂ ਉੱਚਿਆਂ ਨਾਲ ਲਾ ਲਈ ਜਿੰਨਾ ਚਿਰ ਨੇ ਵਗਾਈਆਂ ਚੰਗੀਆਂ ਨਵਾਰੀਆਂ ਉਸ ਇੱਕ ਅੰਤਰਾ ਸੀਗਾ ਉਹ ਜ਼ਰੂਰ ਸੁਣਾਓ ਸਾਨੂੰ ਚੇਤੇ ਰੱਖੀ ਉੱਚਾਂ ਤੋਂ ਉੱਚੇ ਹੋਰ ਹੋਣਗੇ ਉਹ ਗੱਲ ਬਹੁਤ ਵੱਡੀ ਹੈ ਛੋਟੀ ਗੱਲ ਨਹੀਂ ਸੀ ਮੈਨੂੰ ਯਾਰ ਹੁਣ ਮੈਨੂੰ ਯਾਦ ਨਹੀਂ ਇਹ ਗਾਣਾ ਕਿਉਂਕਿ ਬਾਈ ਜੀ ਇੰਨਾ ਚਿਰ ਹੋ ਗਿਆ ਪਰ ਦੇਖੋ ਵੀ ਤੁਸੀਂ ਜਿਹੜੀ ਸਿਲੈਕਸ਼ਨ ਕੀਤੀ ਗੀਤਾਂ ਦੀ ਚੋਣ ਕੀਤੀ ਉਹਦੇ ਵਿੱਚ ਇਸ ਗੱਲ ਦਾ ਬਹੁਤ ਬਾਖੂਬੀ ਅੰਦਾਜ਼ਾ ਆਪਣੇ ਮਨ ਦੇ ਵਿੱਚ ਰੱਖਿਆ ਕਿ ਕੱਲੋਂ ਜੇ ਮੈਂ ਕਿਸੇ ਲੋਕ ਮੇਲੇ 'ਚ ਵੀ ਜਾਵਾਂ ਤਾਂ ਲੋਕਾਂ ਨੂੰ ਇਹ ਨਾ ਲੱਗੇ ਕਿ ਯਾਰ ਸਾਡੇ ਦਿਲ ਦੀ ਗੱਲ ਨਹੀਂ ਕਹੀ ਮੈਂ ਜੀ ਤਕਰੀਬਨ ਪਾਜੀ ਜਿੰਨਾ ਚਿਰ ਹੁਜਾ ਸਰ ਉਹਨਾਂ ਮੈਂ ਕੰਮ ਕੀਤਾ 99% ਗੀਤਾਂ ਦੀ ਚੋਣ ਮੇਰੇ ਕੋਲ ਆਪਦੀ ਹੁੰਦੀ ਮੈਂ ਲੈ ਕੇ ਜਾਂਦਾ ਸੀ ਜੀ ਅੱਛਾ ਜੀ ਉਸ ਤੋਂ ਬਾਅਦ ਤਾਂ ਫਿਰ 100% ਹੀ ਮੇਰੀ ਜੀ ਸਾਡੇ ਟਾਈਮ ਵੀ ਬੋਲ ਆਉਂਦੇ ਸੀ ਹਾਂ ਬੋਲ ਆਉਂਦੇ ਸੀ ਪੂਰੀ ਗੱਲ ਪਿਆਰ ਨਾਲ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਮੇਰੇ ਕੋਲ ਨਾ ਦੋ ਤਸਵੀਰਾਂ ਤੁਹਾਡੀਆਂ ਇੱਕ ਤਾਂ ਹੈਗੀ ਆ ਜਿਹੜਾ ਕ੍ਰਾਸ਼ ਚਰਚ ਦੇ ਵਿੱਚ ਸ਼ੋ ਹੋਣਾ 13 ਸਤੰਬਰ ਨੂੰ ਉਸ ਤੋਂ ਪਹਿਲਾਂ ਜਿਹੜਾ ਇੱਥੋਂ ਵਾਲਾ ਸ਼ੋ ਆ ਉਮਰ ਸਕਰੀਨ ਦੇ ਉੱਤੇ ਦਿਖਾ ਰਿਹਾ ਸਾਡੇ ਇਹਨਾਂ ਨੌਜਵਾਨਾਂ ਨੇ ਬੜੀ ਮਿਹਨਤ ਕੀਤੀ ਆ ਮੈਨੂੰ ਯਾਦ ਆ ਇੱਕ ਸਮਾਂ ਸੀ ਜਦੋਂ ਤੁਸੀਂ ਪਟਿਆਲੇ ਰਹਿੰਦੇ ਸੀ ਗਰੇਵਾਲ ਪੰਪ ਤੇ ਲੱਗੇ ਜੀ ਜੀ ਸਰ ਘੁਮਣ ਕਲੋਨੀ ਬਿਲਕੁਲ ਬਿਲਕੁਲ ਉਦੋਂ ਆਪਣੀ ਸਰਹੰਦ ਹੋਈ ਸੀ ਤੇ ਉੱਥੇ ਹੀ ਦੇਖ ਲਓ ਭਲਵਾਂਡੀ ਦਾ ਮੁੰਡਾ ਗੁਰਬਖਸ਼ ਦਾ ਮੁੰਡਾ ਚਿੱਟੂ ਸਾਡੇ ਹੱਥਾਂ 'ਚ ਪਲਿਆ ਜੀ ਇਹ ਬੜੀ ਮਿਹਨਤ ਕੀਤੀ ਜੀ ਨਾਲ ਸਾਰਿਆਂ ਨੇ ਕਰ ਬਹੁਤ ਕਰਮ ਹੋ ਰਹੀ ਸਾਰੀ ਬਹੁਤ ਵਧੀਆ ਟੀਮ ਹੈ ਜੀ ਸਾਰੀ ਤੇ ਲੋ ਜੀ ਇਸ ਦੇ ਵਿੱਚ ਕਮਲਜੀਤ ਸਿੰਘ ਜੀ ਵੀ ਸ਼ਾਮਲ ਨੇ ਤੇ ਜਿੰਨੇ ਵੀ ਸਾਡੇ ਮਿੱਤਰ ਪਿਆਰੇ ਇਹ ਕਿਰਪਾ ਕਰਕੇ ਨੋਟ ਕਰ ਲੈਣ ਜਿਹੜੇ ਵੀ ਤੁਹਾਡੇ ਰਿਸ਼ਤੇਦਾਰ ਸੱਜਣ ਪਿਆਰੇ ਕ੍ਰੈਸਚਚਰਚ ਵਸਦੇ ਨੇ ਸਾਊਥ ਆਇਲੈਂਡ ਦਾ ਸਭ ਤੋਂ ਪ੍ਰਮੁੱਖ ਸ਼ਹਿਰ ਹੈ ਤੇ ਦੋਸਤੋ ਇਹ ਤੁਹਾਡੀ ਜ਼ਿੰਮੇਵਰੀ ਬਣਦੀ ਹੈ ਜਿਵੇਂ ਆਕਲੈਂਡ ਦੇ ਵਿੱਚ ਅਸੀਂ ਸਾਰਿਆਂ ਨੇ ਇਸ ਨੂੰ ਸੋਲਡ ਆਊਟ ਕੀਤਾ ਕ੍ਰੈਸਚਚਰਚ ਤੁਸੀਂ 13 ਸਤੰਬਰ ਤੋਂ ਘੱਟੋ ਘੱਟ ਵੀ 3 ਦਿਨ ਪਹਿਲਾਂ ਸਾਡੇ ਕੋਲ ਖਬਰ ਆਉਣੀ ਚਾਹੀਦੀ ਰੇਡੀਓ ਤੇ ਕਿ ਭਾਈ ਸੋਲਡ ਆਊਟ ਹੋ ਗਿਆ ਤੇ ਬਾਈਕਰਾਈਟ ਸਰਟ ਕਨਵੈਨਸ਼ਨ ਸੈਂਟਰ ਦੇ ਵਿੱਚ ਸ਼ੋ ਹੋਣਾ ਜੀ ਸੋ ਉਸ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਕਿ ਤੁਸੀਂ ਜ਼ਰੂਰ ਸਾਰਿਆਂ ਨੇ ਆਪਣੀਆਂ ਟਿਕਟਾਂ ਅਗਾਊਂ ਖਰੀਦ ਲੈਣੀਆਂ ਤੇ ਸਾਨੂੰ ਜ਼ਿਆਦਾ ਚੰਗਾ ਲੱਗੇ ਗੁਰਪ੍ਰੀਤ ਸਿੰਘ ਸਿੱਧੂ ਹਣੀ ਵੀ ਤੁਹਾਨੂੰ ਯਾਦ ਕਰਦੇ ਜੀ ਮੇਰੇ ਨਾਮ ਕੇ ਸਿੱਧੂ ਆ ਜੀ ਸਤ ਸ੍ਰੀ ਅਕਾਲ ਸਿੱਧੂ ਸਾਹਿਬ ਸਤ ਸ੍ਰੀ ਅਕਾਲ ਨਾਨਕੇ ਦੀ ਗੱਲ ਕੀਤੀ ਰਾਜਵੀਰ ਸਿੰਘ ਸੱਨੀ ਹੇਸਟਿੰਗਸ ਤੋਂ ਕਹਿੰਦੇ ਸਤ ਸ੍ਰੀ ਅਕਾਲ ਮਾਨ ਸਾਹਿਬ ਮੇਰੇ ਨਾਨਕੇ ਘਰ ਪਿੰਡ ਰੋਮਾਣਾ ਅਜੀਤ ਸਿੰਘ ਵਾਲਾ ਵਿਖੇ ਬਚਪਨ ਚ ਆਉਂਦੇ ਜਾਂਦੇ ਸੀ ਤੁਹਾਨੂੰ ਬਹੁਤ ਪਿਆਰ ਤੇ ਸਤਿਕਾਰ ਹਾਂਜੀ ਸਾਡਾ ਨਾਲ ਦਾ ਪਿੰਡ ਆ ਜੀ ਫਰੀਦਕੋਟ ਦਾ ਲਾਸਟ ਖੀਰਲਾ ਪਿੰਡ ਰਮਾਣਾ ਰਮਾਣਾ ਅਜੀਤ ਸਿੰਘ ਉੱਥੋਂ ਫਿਰ ਸਾਡਾ ਜ਼ਿਲ੍ਹਾ ਬਠਿੰਡਾ ਸ਼ੁਰੂ ਹੋ ਜਾਂਦਾ ਏ ਖੇਮੋਣਾ ਕਿਆ ਬਾਤ ਹੈ ਇੱਕ ਹੋਰ ਮੈਂ ਤੁਹਾਨੂੰ ਬਹੁਤ ਇੰਟਰਸਟਿੰਗ ਗੱਲ ਦੱਸ ਦਾਂ ਜਿਹੜੀ ਨਾ ਕੁੰਡਲੀਆਂ ਸਾ ਪੀਰ ਖਾਲਸਾ ਜੇ ਨਹੀਂ ਮਰਿਆ ਆਹਾ ਇਹ ਜਿਹੜਾ ਜ਼ਫਰਨਾਮਾ ਦੀ ਚਿੱਠੀ ਜੀ ਗੁਰੂ ਸਾਹਿਬ ਨੇ ਦੇਖੀ ਔਰੰਗਜ਼ੇਬ ਨੂੰ ਗੁਰਗਵੰਦ ਸਿੰਘ ਜੀ ਮਾਰੇ ਦਿਨੇ ਕਾਂਗੜ ਤੋਂ ਇਹ ਨਾ ਜੀ ਸਾਡੇ ਪਿੰਡ ਅਸੀ ਇੱਕ ਪ੍ਰੋਗਰਾਮ ਤੇ ਇੱਕ ਉੱਥੇ ਕੁਟਿਆ ਗਈ ਉੱਥੇ ਫੰਕਸ਼ਨ ਹੁੰਦੇ ਹੁੰਦੇ ਸੀ ਜਿੱਥੇ ਮੈਂ ਤੇ ਗੁਰਸੇਵ ਨੇ ਸਭ ਤੋਂ ਪਹਿਲੀ ਵਾਰ ਗਾਇਆ ਜੀ ਜਦੋਂ ਚਿੱਠੀ ਨਹੀਂ ਚਿੱਠੀ ਚੱਲ ਗਈ ਤੇ ਸਾਡੇ ਪਿੰਡ ਵਾਲੇ ਕਹਿੰਦੇ ਵੀ ਤੂੰ ਹੁਣ ਕਲਾਕਾਰ ਬਣ ਗਿਆ ਤੇ ਵੀ ਤੂੰ ਇੱਥੇ ਗਾਉਂਦਾ ਰਿਹਾ ਇੱਥੋਂ ਸ਼ੁਰੂ ਹੋਇਆ ਤੂੰ ਇੱਥੇ ਇੱਕ ਪ੍ਰੋਗਰਾਮ ਕਰ ਜਾ ਧਰਮਿਕ ਪ੍ਰੋਗਰਾਮ ਹਾਂ ਜੀ ਅਸੀਂ ਉੱਥੇ ਗਾਉਣ ਗਏ ਜੀ ਪਿੰਡ ਜਦੋਂ ਕੀਤਾ ਪ੍ਰੋਗਰਾਮ ਤੇ ਸਾਰੇ ਅਸੀਂ ਧਰਮਕ ਗੀਤ ਗਾਏ ਪਾਰ ਸਾਹਿਬ ਦੇ ਉੱਥੇ ਪ੍ਰੋਗਰਾਮ ਤੇ ਧਰਮਕ ਪ੍ਰੋਗਰਾਮ ਸੀ ਜੀ ਰਾਜ ਬਰਾੜ ਦੀ ਕੋਈ ਰਿਸ਼ਤੇਦਾਰੀ ਹੈ ਰਮਾਣਾਜੀਤ ਸਿੰਘ ਓਕੇ ਉਹ ਵੀ ਉੱਥੇ ਆ ਗਿਆ ਜੀ ਆਹ ਉਹਨੇ ਦਿਨੀ ਚਰਨਜੀਤ ਹੁਜਾ ਸਾਹਿਬ ਇੱਕ ਸਾਡੀ ਮਿਕਸ ਧਰਮਿਕ ਟੀਬ ਕਰ ਰਹੇ ਸੀ ਸਰਦੂਲ ਹੰਸਪਾ ਜੀ ਮੇਰਾ ਗੀਤ ਸਾਰਿਆਂ ਦਾ ਇੱਕ ਇੱਕ ਗੀਤ ਜੀ ਉਹ ਇਤਫਾਕਨ ਫਿਰ ਰਾਜ ਬਰਾੜ ਦਿੱਲੀ ਗਿਆ ਸੀ ਕੋਈ ਸੀਐਮਸੀ ਕੰਪਨੀ ਦੇ ਕਮਚੀ আচ্ছা ਉਹ ਉੱਥੇ ਜਾ ਕੇ ਕਹਿੰਦਾ ਜੀ ਗੱਲ ਚੱਲੀ ਹੋ ਜਾ ਸਰ ਨਾਲ ਉਹ ਕਹਿੰਦਾ ਜੀ ਤੁਸੀਂ ਸਾਂਝੀ ਟੇਪ ਛੱਡੋ ਤੁਸੀਂ ਜਿਹੜਾ ਹਰਭਜਨ ਕੋਲੇ ਮੈਟਰ ਆ ਧਰਮਿਕ ਤੁਸੀਂ ਸੁਣੋ ਸਹੀ ਇੱਕ ਵਾਰੀ ਤੁਸੀਂ ਆਪ ਕਹਿਣਾ ਵੀ ਹਰਭਜਨ ਆ ਧਰਮਿਕ ਟੇਪ ਕਰਦੇ ਆ ਹੂੰ ਚਲੋ ਤੁਹਾਡੀ ਤਾਂ ਰੀਜ ਪੂਰੀ ਹੋ ਗਈ ਨਾ ਮੇਰੇ ਕੋਈ ਮਨ ਚ ਨਹੀਂ ਜੀ ਮੈਂ ਤਾਂ ਸਿਗਾ ਵੀ ਇੱਕ ਗਾਣਾ ਗਾਉਣਾ ਜਿਹੜਾ ਉਹ ਮਿਕਸ ਟੇਪ ਦੇ ਵਿੱਚ ਜੋ ਜੱਸਾਬ ਕਹਿਣਗੇ ਗਾ ਦੇਾਂਗੇ ਜੀ ਪਿੰਡ ਵਾਲਿਆਂ ਦੇ ਸੱਦੇ ਨੇ ਮੈਂ ਪਿੰਡ ਆਪਣੇ ਖੇਮੂ ਆਣੇ ਵੈਸੀ ਇੱਕ ਧਰਮਿਕ ਪ੍ਰੋਗਰਾਮ ਕੀਤਾ ਜੀ ਜਦੋਂ ਅਸੀਂ ਮੈਂ ਇਹਦੇ ਕੋਲ ਸੇਵ ਗਏ ਉਹ ਜਸਾ ਜੀ ਕਹਿੰਦੇ ਸੁਣਾਓ ਤੁਸੀਂ ਆਪਦੇ ਪਿੰਡ ਕੀ ਗਾ ਕੇ ਆਏ ਸੀ ਤੁਹਾਨੂੰ ਕਿਵੇਂ ਪਤਾ ਲੱਗੇ ਉਦੋਂ ਕਿਹੜਾ ਸੋਸ਼ਲ ਮੀਡੀਆ ਸੀ ਕਿਸੇ ਨੂੰ ਬਹੁਤਾ ਪਤਾ ਵੀ ਨਹੀਂ ਸੀ ਪਤਾ ਨਹੀਂ ਉਹ ਕਹਿੰਦੇ ਮੈਨੂੰ ਰਾਜ ਬਰਾੜ ਦੱਸ ਕੇ ਰਾਜ ਬਰਾੜ ਦੱਸ ਕੇ ਗਿਆ ਹੂੰ ਚਲੋ ਜੀ ਅਸੀਂ ਉਹਨਾਂ ਨੂੰ ਸੁਣਾਇਆ ਉਹ ਕਹਿੰਦੇ ਮਿਕਸਡੇ ਬਾਅਦ ਚ ਕਰਾਂਗੇ ਪਹਿਲਾਂ ਆਹ ਥੋੜੀ ਧਾਰਮਿਕ ਟੇਪ ਕਰਦੇ ਆ ਤੇ ਉਹ ਸੀ ਪੰਥ ਤਰੇ ਦੀਆਂ ਗੂੰਜਾਂ ਜੁਗ ਜੁਗ ਪੈਂਦੀਆਂ ਤੇ ਇਹਦੇ ਨਾਲ ਵੀ ਇਹਦੇ ਚ ਵੀ ਯੋਗਦਾਨ ਰਾਜ ਬਰਾੜ ਦਾ ਜੀ ਗੱਲਬਾਤ ਬਹੁਤ ਮਰ ਖੁਸ਼ ਹੋਇਆ ਕਿਉਂਕਿ ਉਹਨਾਂ ਦੀ ਬੇਟੀ ਸਾਡੇ ਕੋਲ ਪਿਛਲੇ ਦਿਨੀ ਆ ਕੇ ਗਈ ਪੈਣੀ ਸੁਵਿੰਦਰ ਬਾਰਾਰ ਉਹਨਾਂ ਦੇ ਨਾਲ ਜੀ ਜਦੋਂ ਇਸ ਮੇਲੇ ਤੇ ਆਉਨੇ ਆ ਇਸ ਮੇਲੇ ਨੂੰ ਲੈ ਕੇ ਸਾਡੀ ਖੁਸ਼ੀ ਦੁੱਗਣੀ ਹੋ ਗਈ ਕਿਉਂਕਿ ਇਹਦੇ ਵਿੱਚ ਤੁਹਾਡਾ ਸੁਪੁੱਤਰ ਅਵકાશ ਵੀ ਨਾਲ ਆਇਆ ਜੀ ਜੀ ਸਾਨੂੰ ਥੋੜਾ ਉਹਦੇ ਬਾਰੇ ਵੀ ਦੱਸੋ ਸਾਨੂੰ ਇਹ ਵੀ ਦੱਸੋ ਕਿ ਮੇਲੇ ਦੇ ਵਿੱਚ ਉਹਦੀ ਹਾਜ਼ਰੀ ਲੱਗੇਗੀ ਹਾਜ਼ਰੀ ਦਾ ਪੱਕਾ ਨਹੀਂ ਜੀ ਪਰੇ ਕਿ ਵਿਕਾਸ ਹਾਂ ਡਿਗਰੀ ਨਹੀਂ ਸੰਗ ਦਾ ਸੁਣਦਾ ਨਹੀਂ ਜੀ ਉਹ ਡਿਗਰੀ ਕਰਕੇ ਯੂਨੀਵਰਸਿਟੀ ਆਫ ਟਰント ਤੋਂ ਆ ਗਿਆ ਵਾਪਸ ਜੀ ਤੇ ਉਹਦੀ ਹੁਣ ਇੱਛਾ ਜੀ ਇਸ ਰੰਗ ਚ ਇਸ ਲਾਈਨ ਦੇ ਵਿੱਚ ਤੇ ਮਿਹਨਤ ਕਰ ਰਿਹਾ ਬਹੁਤ ਤਿਆਰੀ ਕਰ ਰਿਹਾ ਜੀ ਪੂਰੀ ਸਾਡੇ ਬਹੁਤ ਪਿਆਰੇ ਮਿੱਤਰ ਹਰਜਿੰਦਰ ਸਿੰਘ ਬਸਿਆਲਾ ਜੀ ਜਿਹਨਾਂ ਦੇ ਲੰਮਾ ਸਮਾਜੀ ਤੇ ਹਾਂ ਬਿਲਕੁਲ ਜੀ ਮਾਰ ਹੁਣਾਂ ਨੂੰ ਨਿਊਜ਼ੀਲੈਂਡ ਦੇ ਵਿੱਚ ਬਹੁਤ-ਬਹੁਤ ਸਵਾਗਤ ਹਰਜਿੰਦਰ ਭਾਜੀ ਨੂੰ ਬਹੁਤ ਪਿਆਰ ਸਤਿ ਸ੍ਰੀ ਅਕਾਲ ਜਰਨੈਲ ਸਿੰਘ ਹਜ਼ਾਰਾ ਜੀਪੀ ਸਾਹਿਬ ਤੁਹਾਨੂੰ ਜੀ ਆਇਆਂ ਨੂੰ ਆਖਦੇ ਜੀ ਤੇ ਨਾਲ-ਨਾਲ ਐਮਪੀ ਨਾਗਰਾ ਸਾਹਿਬ ਹੇਸਟਿੰਗਸ ਤੋਂ ਤੁਹਾਨੂੰ ਸਤਿ ਸ੍ਰੀ ਅਕਾਲ ਬਹੁਤ ਨਾਗਰਾ ਸਾਹਿਬ ਨੂੰ ਵੀ ਬਹੁਤ ਸਤਿ ਸ੍ਰੀ ਅਕਾਲ ਬਾਕੀ ਸਾਰੇ ਸੱਜਣਾਂ ਨੂੰ ਬਹੁਤ ਪਿਆਰ ਅਦਬ ਨਾਲ ਸਤਿ ਸ੍ਰੀ ਅਕਾਲ ਜੀ ਅੱਛਾ ਤੁਸੀਂ ਅਕਸਰ ਸਾਡੀਆਂ ਧੀਆਂ ਧਿਆਣੀਆਂ ਦੇ ਜਜ਼ਬਾਤਾਂ ਦੀ ਗੱਲ ਬਹੁਤ ਮੈਨੂੰ ਇਹ ਵੀ ਲੱਗਦਾ ਵੀ ਜਿਹੜੇ ਜਿਹੜੇ ਲੋਕ ਸਾਹਿਤ ਨਾਲ ਜੁੜੇ ਹੋ ਸ਼ਾਇਦ ਉਹ ਇਹਨਾਂ ਰੰਗਾਂ ਨੂੰ ਬਖੂਬੀ ਚੰਨਾ ਜਾਣਦੇ ਆ ਕਿੱਥੇ ਕਿਹੜੀ ਗੱਲ ਕਹਿਣੀ ਆ ਜੀ ਉਹ ਬੜੇ ਅੱਛੇ ਵਕਤਾ ਬਣ ਜਾਂਦੇ ਆ ਜੀ ਸਾਹਿਤ ਨੂੰ ਲੈ ਕੇ ਥੋੜਾ ਜਿਹਾ ਮੈਂ ਤੁਹਾਡਾ ਜ਼ਰੂਰ ਵਿਚਾਰ ਚਾਹੂੰਗਾ ਸਾਡੀ ਅਗਲੀ ਪੀੜ੍ਹੀ ਚਾਹੇ ਗਾਇਕਾਂ ਦੀ ਕਹਿ ਲਈਏ ਉਹ ਪੜਨ ਪੱਖੋਂ ਬਹੁਤ ਮਨਫੀ ਆ ਮੈਨੂੰ ਯਾਦ ਆ ਕਰਨ ਬਰਾੜ ਦੇ ਨਾਲ ਜਦੋਂ ਤੁਹਾਡਾ ਸਾਹਜ ਬਣੀ ਉਹਦੇ ਪਿੱਛੇ ਵੀ ਸਾਹਿਤ ਹੀ ਇੱਕ ਕਾਰਨ ਸੀ ਉਹਦੀ ਕਿਤਾਬ ਉਹਦੀ ਹਾਂ ਬਿਲਕੁਲ ਬਿਲਕੁਲ ਬਾਈ ਜੀ ਜਿਹੜਾ ਨਾ ਇੱਕ ਦੁਨੀਆ ਭਰ ਦੇ ਲਈ ਇੱਕ ਇੱਕ ਚੰਗੀ ਨਿਊਜ਼ ਆ ਗਈ ਜਿਹੜੀ ਕੱਲ ਪਰਸ ਵਾਈ ਕਿ ਬੁੱਕ ਸੇਲਸ ਬਹੁਤ ਜ਼ਿਆਦਾ ਵਧ ਗਈਆਂ ਜੀ। ਕੀ ਬਾਤ ਆ। ਹਾਂ। ਵੈਸਟਰਨ ਜਿਹੜਾ ਇੰਗਲਿਸ਼ ਲਿਟਰੇਚਰ ਹਾਂਜੀ। ਉਹ ਬਹੁਤ ਬੁੱਕ ਸੇਲਸ ਲੋਕ ਬਹੁਤ ਪੜਨ ਫੇਰ ਲੱਗ ਗਏ ਜੀ। ਜੀ। ਤੇ ਐਸੀ ਸਾਡੇ ਵੀ ਕਈ ਵਾਰੀ ਬਹੁਤ ਖਾਵੀ ਜਿਹੜੀਆਂ ਖਬਰਾਂ ਆਉਂਦੀਆਂ ਜੋ ਪਿੱਛੇ ਜੇ ਪੰਜਾਬੀ ਯੂਨੀਵਰਸਿਟੀ ਚ ਕੇ ਜਿਹੜਾ ਇੱਕ ਮੇਲਾ ਲੱਗਿਆ ਪੁਸਤਕਾਂ ਦਾ ਤੇ ਉਹਦੇ ਚ ਰਿਕਾਰਡ ਹਾਂਜੀ ਉਹ ਚ ਰਿਕਾਰਡ ਕਿਤਾਬਾਂ ਵਿਕੀਆਂ ਸੀ ਹਾਂ ਨਵੀਂ ਪੀੜੀ ਦੇ ਮੈਨੂੰ ਲੱਗਦਾ ਹੈ ਜੀ ਕਿ ਜਿਵੇਂ ਨਾ ਉਸਤਾਦੀ ਸ਼ਗਿਰਦੀ ਦੀ ਰਸਮ ਸੋਸ਼ਲ ਮੀਡੀਆ ਗਾ YouTube ਇਹਨਾਂ ਨੇ ਉਸਤਾਦੀ ਸ਼ਗਿਰਦੀ ਖਤਮ ਕਰਤੀ ਜੀ ਜਦੋਂ ਆਪਾਂ ਹੁਣ ਅੱਜਕੱਲ ਸੋਚਦੇ ਜਿਹੜਾ ਕੋਈ ਵੀ ਕੰਮ ਕਰਨਾ YouTube ਲਾ ਲਓ ਯਾਰ ਉਹਦੇ ਦੀ ਵੀਡੀਓ ਦੇਖ ਕੇ ਪਤਾ ਲੱਗ ਜਾਊਗਾ ਪਰ ਮੈਨੂੰ ਲੱਗਦਾ ਕਿ ਜਿਹੜੀ ਉਹ ਇੱਕ ਉਸਤਾਦ ਬੈਠ ਕੇ ਤੁਹਾਨੂੰ 24 ਘੰਟੇ ਦੁਨੀਆ ਚ ਵਿਚਰਨਾ ਬੈਣਾ ਉੱਠਣਾ ਸਿਖਾਉਂਦੇ ਸੀ ਨਾ ਜੀ ਕੋਈ ਸ਼ੱਕ ਨਹੀਂ ਉਹ ਫੇਰ ਵੀ ਤੁਹਾਨੂੰ YouTube ਤੋਂ ਨਹੀਂ ਲਾਪਸ ਕਰਤਾ ਜੀ ਤੇ ਬਾਕੀ ਮੈਂ ਇਹ ਕਹਣਾ ਉਹਨਾਂ ਵੀ ਜਿਹੜਾ ਇੱਕ ਅੱਜ 16 17 18 ਸਾਲਾਂ ਦਾ 20 ਸਾਲਾਂ ਦਾ ਜਿਹੜਾ ਜਵਾਨ ਹੈ ਗਾਰਿਆ ਸ਼ੁਰੂ ਕੀਤਾ ਉਹਨੇ ਮਚਿਉਰਿਟੀ ਆਉਂਦੇ ਆਉਂਦੇ ਆਉਂਦੀ ਹੈ ਜੀ ਜੀ ਆ ਜਾਓ ਭਾਈ ਜੀ ਕੋਈ ਐਸੀ ਗੱਲ ਨਹੀਂ ਕਿਉਂਕਿ ਆਪਾਂ ਵੀ ਹੁਣ ਆਪਾਂ ਦੇਖੀਏ ਜੇ ਆਪਾਂ 16 17 ਸਾਲਾਂ ਦੀ ਉਮਰ 'ਚ ਕਿੰਨੇ ਬਹੁਤ ਅਲੱਗ ਸੀ ਸ਼ਰਾਰਤੀ ਸੀ ਚੰਚਲ ਸੀ ਲੇਕਿਨ ਇੱਕ ਬਹੁਤ ਕਮਾਲ ਦੀ ਗੱਲ ਜਿਹੜੀ ਤੁਹਾਡੀ ਸ਼ਖਸੀਅਤ ਨਾਲ ਹਮੇਸ਼ਾ ਜੁੜਦੀ ਆ ਤੇ ਹਰ ਪੇਸ਼ ਕਰਤਾ ਤੁਹਾਨੂੰ ਪੁੱਛਦਾ ਜ਼ਰੂਰ ਆ ਬੈਕਗ੍ਰਾਉਂਡ ਇਦੋਂ ਕਹਿੰਦੇ 194 ਦੇ ਵਿੱਚ ਮੈਂ ਮਹਿਦਰਾ ਕਾਲਜ ਬਾਈ ਜੀ ਪਹਿਲੀ ਵਾਰੀ ਦੇਖਿਆ ਤੇ ਸੁਣਿਆ ਸੀ ਜੀ ਉਵੇਂ ਦੇ ਉਵੇਂ ਬੈਨੇ ਰਾਜ਼ ਪੁੱਛੋ ਬਾਈ ਨੂੰ ਰਾਜ਼ ਇਹ ਬਾਈ ਜੀ ਕਿ ਕਿੰਨਾ ਪਿਆਰ ਮਿਲਦਾ ਜੀ ਇੱਜ਼ਤ ਇੰਨੀ ਮੁਹੱਬਤ ਮਿਲਦੀ ਹੈ ਹਨਾ ਸਾਰਾ ਤੁਸੀਂ ਮੈਂ ਕਹਿੰਦਾ ਕਿ ਕਲਾਕਾਰ ਏਸੀ ਚੀਜ਼ ਆ ਭਈ ਜਿਹਨੂੰ ਦੇਖ ਕੇ ਕਲਾਕਾਰ ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਖੜਿਆ ਜਿਹੜਾ ਪੰਜਾਬੀ ਟੱਕਰ ਗਿਆ ਜੀ ਤੇ ਉਹਨੇ ਕਹਿਣਾ ਬਾਈ ਜੀ ਆ ਜਾਓ ਚਾਹ ਪਾਣੀ ਪੀ ਸੇਵਾ ਦੱਸੋ ਹਨਾ ਹਮਮ ਇੱਕ ਕਲਾਕਾਰ ਐਡਾ ਵੱਡਾ ਜੀ ਨੂੰ ਲੋਕ ਮਾਨ ਦਿੰਦੇ ਐ ਐਡਾ ਵੱਡਾ ਸਤਿਕਾਰ ਦਿੰਦੇ ਐ ਕਿ ਜੀ ਹਮੇਸ਼ਾ ਤੁਹਾਨੂੰ ਦੇਖ ਕੇ ਕਿਸੇ ਨੇ ਫੋਟੋ ਲੈ ਕੇਣਾ ਚੜ ਚੜ ਤੇ ਉਹ ਜਿਹੜੀ ਇੱਕ એનર્ਜੀ ਆ ਲੋਕਾਂ ਦੀ ਹਨਾ ਲੋਕਾਂ ਦੀ ਖੁਸ਼ੀ ਦੀ ਐਨਰਜੀ ਉਹ ਸਾਰੀ ਤੁਹਾਨੂੰ ਮਿਲਦੀ ਐ ਜੀ ਮੈਨੂੰ ਇਹ ਵੀ ਕਹਿਣ ਦੀ ਇਜਾਜ਼ਤ ਦਿਓ ਕਿ ਬਹੁਤ ਵਾਰ ਬਸੰਤੀ ਰੋਤ ਦੇ ਬਗੀਚਿਆਂ ਦੇ ਪਿੱਛੇ ਪਾਤੜ ਲੁਕੀ ਹੁੰਦੀ ਆ ਬਾਈ ਦਾ ਇੱਕ ਭਰਾ ਸੀ ਜਿਹੜਾ ਬਹੁਤ ਵਧੀਆ ਐਥਲੀਟ ਸੀ ਜਨਮੇਸ਼ਾ ਫਿਟ ਰੈਨ ਦਾ ਬਹੁਤ ਚਾਹ ਹੁੰਦਾ ਸੀ ਹਾਂਜੀ ਉਹ ਅਚਨਚੇ ਤੁਰ ਗਿਆ ਇੱਕ ਸੰਖੇਪ ਬਿਮਾਰੀ ਤੋਂ ਬਾਅਦ ਔਰ ਮੈਨੂੰ ਲੱਗਦਾ ਪੀ ਉਹਨਾਂ ਦਾ ਵੀ ਪ੍ਰਭਾਵ ਕਿਤਨਾ ਕੁ ਸ਼ਖਸੀਅਤ ਤੇ ਹੈ ਪ੍ਰਭਾਵ ਇਸ ਤਰ੍ਹਾਂ ਬਈ ਦੇਖੋ ਪਹਿਲਾਂ ਮੈਂ ਛੋਟੀ ਜੀ ਉਮਰ ਦੇ ਵਿੱਚ ਜਦੋਂ ਮੇਰੇ ਮਾਤਾ ਜੀ ਬਹੁਤ ਜ਼ਿਆਦਾ ਚੰਨ ਤਿਆਰੀ ਹੋ ਗਈ ਜੀ ਹਾਂਜੀ ਤੇ ਕਿੱਥੇ ਗਿਆ ਮਾਂ ਸਾਡੇ ਹਿੱਸੇ ਵਿੱਚ ਹਾਂ ਉਸ ਕਰਕੇ ਮਾਵਾ ਦੇ ਗਾਣੇ ਸ਼ਾਇਦ ਮੈਂ ਬਹੁਤ ਗਾਏ ਹੈ ਜੀ ਜੀ ਤੇ ਮਦਰ ਚਲੇ ਗਏ ਫਿਰ ਜਦੋਂ ਬੰਦਾ ਥੋੜਾ ਸੂਝੀ ਹੁੰਦੀ ਹੁੰਦੀ ਹੈ ਸਾਰੇ ਤੁਹਾਡੇ ਰਿਸ਼ਤੇਦਾਰੀ ਉਦੋਂ ਦਾ ਪੰਜਾਬ ਸੋਹਣਾ ਵੀ ਬਹੁਤ ਖੂਬਸੂਰਤ ਸੀ ਬਿਲਕੁਲ ਕੋਈ ਸ਼ੱਕ ਨਹੀਂ ਉਸ ਉਮਰੇ ਅਸੀਂ 1980 ਚ ਪੰਜਾਬ ਛੱਡ ਕੇ ਕੈਨੇਡਾ ਚਲੇ ਗਏ ਜੀ ਹਾਂ ਨਾ ਉਦੋਂ ਮਾਲਵਾ ਹਲੇ ਬੜਾ ਨਿਰਮਲ ਨਿਰਸ਼ਾ ਮੈਂ ਕਹਿੰਦਾ ਕਿਹਾ ਵਾਸ ਸੀ ਜੀ ਤੇ ਸੋ ਮੈਨਾਂ ਦੋ ਕਿਤਨਾ ਕਿ ਤੁਹਾਡੇ ਤੇ ਉਹ ਚੀਜ਼ਾਂ ਉਹ ਜਿਹੜਾ ਇੱਕ ਚੀਜ਼ ਨੂੰ ਤੁਸੀਂ ਮਿਸ ਕਰਦੇ ਹੋ ਨਾ ਜੀ ਉਹ ਰਹਿੰਦੇ ਆ ਕਿਤੇ ਕਿਤੇ ਦਿਲ 'ਚ ਤੁਹਾਡੇ ਉਹ ਕਿ ਯਾਰ ਉਹ ਇੱਕ ਸਮਾਂ ਸੀ ਜਾਂ ਇਦਾਂ ਕੋਈ ਸ਼ਾਨ ਮਾਤਾ ਸੀ ਉੱਥੇ ਜੀ ਫਿਰ ਅਸੀਂ ਜਿਹੜਾ ਕੈਨੇਡਾ ਗਏ ਕੈਨੇਡਾ ਵਧੀਆ ਸਾਰਾ ਕੁਝ ਆਪਣਾ 10-11 ਸਾਲ ਹੋਈ ਜਿਹੜਾ ਵੱਡਾ ਪਰ ਅਸੀਂ ਚਾਰ ਭਾਈ ਆ ਸਭ ਤੋਂ ਵੱਡੇ ਇੱਕ ਬ੍ਰਦਰ ਉਹ ਵੀ ਕੈਨੇਡਾ ਹੀ ਇਹ ਸਾਰੇ ਪਰਿਵਾਰ ਉੱਥੇ ਆ ਤਿੰਨ ਭੈਣਾਂ ਜੀ ਜੀ ਗੁਰਸੇਵ ਕੋ ਮੈਥੋਂ ਛੋਟਾ ਫਿਰ ਮੈਥੋਂ ਇੱਕ ਵੱਡਾ ਹੋਰ ਸੀ ਉਜਵੇਂ ਤੁਸੀਂ ਕਿਹਾ ਉਹ ਕੈਂਸਰ ਨਾਲ ਵਾਲੇ ਆ ਦਿਨਾਂ ਚ ਜਿਹੜੇ ਬੰਦੇ ਨੇ ਸਾਰੀ ਉਮਰ ਨਾਲ दारू ਨਾਲ ਚਾਹ ਪੀਤੀ ਉਹ ਆਏ ਇੱਕਦਮ ਹੀ ਚਲੇ ਜਾਵੇ ਜੀ ਤੇ ਪਰ ਇਹ ਵੀ ਸੱਚ ਹੈ ਕਿ ਸਭ ਤੋਂ ਵੱਧ ਮੈਂ ਤਕਰੀਬਨ ਜ਼ਿੰਦਗੀ ਨਾਲ ਜੁੜੇ ਜਾਂ ਆਪਾਂ ਕਹ ਲਈਏ ਮੌਤ ਨਾਲ ਜੁੜੀਆਂ ਗੱਲਾਂ ਉਹ ਮੈਂ ਗਾਈਆਂ ਜੀ ਮੌਤ ਦਾ ਰਾਗ ਮੌਤ ਦਾ ਰਾਗ ਆਇਆ ਜਗ ਜੰਕਸ਼ਨ ਰੀਲਾਂ ਦਾ ਗੱਡੀ ਕਾ ਵੇਕ ਜਾਵੇ ਤੇ ਫਿਰ ਇਹ ਆ ਕਿ ਇੱਥੇ ਇੱਕ ਪੁਆਇੰਟ ਤੇ ਆ ਕੇ ਤੁਹਾਨੂੰ ਇਹ ਰੀਅਲਾਈਜ਼ ਹੁੰਦਾ ਕਿ ਵਾਕਈ ਜੋ ਅਸੀਂ ਗਾਉਨੇ ਆ ਉਹ ਸੱਚ ਆ ਤੇ ਜ਼ਿੰਦਗੀ ਇਹੀ ਆ ਇਹ ਕਿਸੇ ਨਾਲ ਵੀ ਵਾਪਰ ਸਕਦੇ ਆ ਕੋਈ ਮੇਰੇ ਨਾਲ ਮੈਂ ਕਹਾਂ ਸਾਡੇ ਨਾਲ ਅਣ ਹੋਣੀ ਹੋਈ ਇੱਕ ਕਿਸੇ ਨਾਲ ਵੀ ਵਾਪਰ ਸਕਦੀ ਆ ਪਤਾ ਨਹੀਂ ਕਿਉਂ ਦਿਲ ਦੇ ਅੰਦਰੋਂ ਇੱਕ ਹੂਕ ਜਿਹੀ ਉੱਠਦੀ ਆ ਵੀ ਤੁਹਾਡਾ ਜਿਹੜਾ ਗੀਤ ਸੀ ਜਿਹਨੂੰ ਵੀਡੀਓ ਬਹੁਤ ਸੋਹਣਾ ਬਣਾਇਆ ਸੀ ਜਿਹਨੇ ਬਣਾਇਆ ਸੀ ਉਹਨੂੰ ਮੇਰੇ ਵੱਲ ਮੁਬਾਰਕਾਂ ਜ਼ਰੂਰ ਦਿਓ ਹੈ ਆਉਣ ਜਾਣ ਬਣਿਆ ਦੁਨੀਆ ਚੋਂ ਹਾਂ ਉਹ ਭਾਵੇਂ ਬਾਪੂ ਜੀ ਨੇ ਕਮਾਲ ਕਰਤੀ ਹਾਂ ਬੋਬੀ ਸੰਦੂ ਜੀ ਅੱਜਕੱਲ ਪਰਸ ਦੇ ਵਿੱਚ ਰਹਿੰਦਾ ਜੀ 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 ਬਹੁਤ ਸੋਹਣਾ ਸੋ ਜੇ ਤੁਸੀਂ ਮਾਇਨ ਨਹੀਂ ਕਰਦੇ ਬਸ ਇਜਾਜ਼ਤ ਚਾਹਣਾ ਤੁਹਾਡੇ ਤੋਂ ਕਹਿਣ ਦੀ ਕਿ ਮੈਂ ਤੁਹਾਨੂੰ ਕਹਿ ਸਕਦਾ ਨਹੀਂ ਹੋਪਿੰਗ ਕਰ ਸਕਦੇ ਆ ਤੁਸੀਂ ਨਹੀਂ ਨਹੀਂ ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਤਨਾ ਦਾ ਮੇਲਾ ਹਮੇ ਦੋਕ ਬੋਲ ਸੁਣਾ ਦੇਣਾ ਫਿਰ ਮੈਂ ਵੀ ਮਾਫੀ ਚਾਹੂੰ ਕਿਉਂਕਿ ਅਸੀਂ ਦੂਰ ਜਾਣਾ ਜੀ ਹਾਂ ਰੋਟਰੂ ਆ ਜੀ ਜਾਣਾ ਜੀ ਜੀ ਤੇ ਅੱਛੇ ਗਾਣੇ ਇਹ ਪਹਿਲਾਂ ਜਿਹੜੇ ਪੱਥਰਾਂ ਦੇ ਰਿਕਾਰਡ ਆਉਂਦੇ ਉਹ ਵਿੱਚ ਬਾਪੂ ਜੀ ਰਣਜੀਤ ਕਰਨਲ ਸੋਹਰੀ ਪਾਰ ਸਾਹਿਬ ਰਣਜੀਤ ਸਿੰਘ ਸਿਧਮ ਦੇ ਚਾਂਸੋ ਜੰਡੀ ਨੇ ਰਿਕਾਰਡ ਕੀਤਾ ਸੀ ਕਿੰਨਾ ਲੰਬਾ ਸਮਾਂ ਲੱਗਾ ਤੇ ਬਾਪੂ ਜੀ ਨੇ ਚੜ੍ਹਾਈ ਇਸ ਛੰਦ ਨਾਲ ਹੋਈ ਸੀ ਜੀ ਉਹ ਪੱਥਰ ਦਾ ਰਿਕਾਡ ਉਹਦੇ ਇੱਕ ਪਾਸੇ ਸੀ ਹੈ ਆਉਣ ਜਾਣ ਬਣਿਆ ਦੁਨੀਆ ਚੋਂ ਕਿਦਿਆਂ ਦਾ ਮੇਲਾ ਦੂਸਰੇ ਪਾਸੇ ਸੀ ਕਿਉਂ ਫੜੀ ਸਪਾਈਆਂ ਨੇ ਪੈਣ ਹੋਏ ਹੰਸਾਂ ਦੀ ਜੋੜੀ ਤੇ ਫਿਰ ਅਸੀਂ ਦਵਾਰ ਤੋਂ ਮੈਂ ਤੇ ਗੁਰਸੇਵ ਕਨੇ ਰਿਕਾਡ ਕਰਵਾਇਆ ਜੀ ਉਹ ਸੀ ਕਿ ਉੱਠ ਜਾਗ ਮਸਾਫਰ ਤੂੰ ਹੋਈ ਪੌਰ ਨਗਾਰੇ ਵਜੇ ਜੋ ਕਰਨਾ ਅਬ ਕਰ ਲੈ ਕਰਨਾ ਕੱਲ ਸੋ ਕਰ ਲੈ ਅੱਜ ਓਏ ਗਫਲਤ ਵਿੱਚ ਬੀਤ ਗਿਆ ਮੁੜ ਕੇ ਹੱਥ ਨਹੀਂ ਆਉਣਾ ਵੇਲਾ ਹੇ ਓਣ ਜਾਣ ਬਣਿਆ ਇਹ ਦੁਨੀਆਂ ਚੌਕ ਦਿਨਾਂ ਦਾ ਮੇਲਾ ਫਲ ਟੈਣੀ ਲੱਗਣੇ ਨਾ ਵਾਪਸ ਲਹਿਰਾ ਕਦੇ ਨਹੀਂ ਮੁੜੀਆਂ ਹੋਏ ਕੱਠ ਨਾਲ ਸਬਬਾਂ ਦੇ 베ਰੀ ਪੂਰ ਤਿਰਿੰਜਣੀ ਕੁੜੀਆਂ ਨੱਚ ਰਹੀਆਂ ਪੂਤਲੀਆਂ ਇਹ ਜਗਤ ਮਦਾਰੀ ਵਾਲਾ ਖੇਲਾ ਹੈਉਣ ਜਾਣ ਬੜਿਆਂ ਇਹ ਦੁਨੀਆ ਚੌਕ ਦਿਣਾ ਦਾ ਮੇਲਾ ਕੀ ਬਾਤ ਆ ਕੀ ਬਾਤ ਆ ਕੀ ਬਾਤ ਖਰ ਲਿਖਿਆ ਪਾਰ ਸਾਹਿਬ ਨੇ ਜੀ ਹਾਂ ਮਤਲਬ ਅੱਜ ਵੀ ਉਹੀ ਗੱਲ 19 ਦੀ 19 ਸੱਚਾਈ ਔਰ ਵਟਾਮਾਨ ਇਸ ਗੱਲ ਦਾ ਕਿ ਤੁਸੀਂ ਜਿਹੜੀ ਲਫ਼ਜ਼ਾਂ ਦੀ ਰਵਾਨਗੀ ਆ ਉਹਨੂੰ ਜਿਉਂ ਦਾ ਤਿਉਂ ਕਾਇਮ ਰੱਖਿਆ ਇਹ ਬਹੁਤ ਵੱਡੀ ਅਸੀਂ ਪਾਰ ਸਾਹਿਬ ਨੇ ਸਾਨੂੰ ਬਹੁਤ ਚੰਡਿਆ ਭਾਈ ਜੀ ਬੈਂ ਕਰਨਾ ਹੈ ਜੇ ਉਸਤਾਦ ਹਰ ਇੱਕ ਕਲਾਕਾਰ ਨੂੰ ਮਿਲਣ ਜੀ ਤੁਸੀਂ ਦੇਖੋ ਅਸੀਂ ਮਾਲਵੇ ਤੇ ਮਾਲਵੇ ਵਾਲੇ ਦੀ ਬੋਲੀ ਹੈ ਜਿਹੜੀ ਸਾਨੂੰ ਤਾਂ ਨੰਨੇ ਨਾਣੇ ਦਾ ਫਰਕ ਤਾਂ ਪਤਾ ਬਟਿੰਡੇ ਵਾਲਿਆਂ ਨੂੰ ਉਹ ਜੋਸਾਬ ਤਾਂ ਕਹਿੰਦੇ ਨੇ ਵੀ ਯਾਰ ਰਾਣਾ ਨਾ ਕਿਹਾ ਹਾਂ ਉਹ ਰੋਕਦੇ ਸੀ ਪਰ ਉਹਨਾਂ ਦਾ ਕਈ ਚੀਜ਼ਾਂ ਤੁਸੀਂ ਪਦੈਸ਼ੀ ਤੁਹਾਡੇ ਚੋਂ ਆਉਂਦੀਆਂ ਸੀ ਜੀ ਜੀ ਇਲਾਕੇ ਦੀ ਜਿਹੜੀ ਹੁੰਦੀ ਹੈ ਪਰ ਸਾਨੂੰ ਪਾਰ ਸਾਹਿਬ ਨੇ ਦੇਖੋ ਜਦੋਂ ਛੋਟੇ ਛੋਟੇ ਹੁੰਦਿਆਂ ਨੂੰ ਅਖਬਾਰ ਪੜ੍ਹਨ ਲਾ ਦਿੱਤਾ ਜੀ ਉਹਦੇ ਤੇ ਵੀ ਫਿਰ ਵੀ ਐਡੀਟোরিয়াল ਪੇਜ ਪੜ੍ਹਨਾ ਤਾਂ ਕਿ ਤੁਹਾਨੂੰ ਪਤਾ ਹੋਵੇ ਦੁਨੀਆ 'ਚ ਕੀ ਹੋ ਰਿਹਾ ਹੈਗਾ ਹੈ ਜੀ ਉਹਦੇ ਵਿੱਚ ਫਿਰ ਵਾਪਸ ਜਨੇ ਲਾਲ ਪੈਨ ਦੇ ਨਾਲ ਨੀਚੇ ਜੇ ਖੂਨ ਆ ਇੱਕ ਅਖੇ ਦੇ ਪੈਰ 'ਚ ਬਿੰਦੀ ਨੂੰ ਹਾਂ ਖੂਨ ਕਹਿਣਾ ਇਹ ਜ਼ਰੂਰ ਲਿਖਾ ਤਾਂ ਜ ਜਿਹਨੂੰ ਜ਼ਰੂਰ ਨਹੀਂ ਕਹਿਣਾ ਇਹਨੂੰ ਜ਼ਰੂਰ ਕਹਿਣਾ ਬਿੰਦੀ ਲੱਗੀ ਹੈ ਜਾਂ ਜਿਹਦੇ ਵਿੱਚ ਮੈਂ ਸਬਰ ਕਰ ਸਕਾਂ ਤੁਹਾਡੀ ਗੁਰਪ੍ਰੀਤ ਘੁੱਗੀ ਨਾਲ ਬਹੁਤ ਬਣਦੀ ਹੋਣੀ ਹੈ ਕੁਕੀ ਸਾਹਿਬ ਨਾਲ ਹੀ ਆਪਣੀ ਜ਼ੁਬਾਨ ਦੇ ਹਾਂ ਨਹੀਂ ਨਹੀਂ ਅਸੀਂ ਜਦੋਂ ਮੈਂ ਪਹਿਲੀ ਵਾਰ ਗਿਆ ਜੀ ਮੈਂ ਗਾਇਆ ਚਿੱਠੀ ਨਹੀਂ ਚਿੱਠੀ ਤੇ ਮੈਨੂੰ ਪਾਤਰ ਸਾਹਿਬ ਕਹਿੰਦੇ ਯਾਰ ਕਹਿੰਦੇ ਮੈਂ ਹੈਰਾਨ ਆ ਵੀ ਇੱਕ ਬੱਚਾ ਕੈਨੇਡਾ ਤੋਂ ਆਇਆ ਉਹਦਾ ਤਲਫਜ਼ ਇੰਨਾ ਅੱਛਾ ਵਾਹ ਜੀ ਮੈਂ ਕਰਨਾਲ ਤੋਂ ਪਾਰ ਦਾ ਸ਼ਿਗਰਦ ਗੱਲੇ ਮੁੱਕੀ ਹਾਂ ਕਹਿੰਦੇ ਫਿਰ ਠੀਕ ਹੈ ਸਹੀ ਹੈ ਕਹਿੰਦੇ ਬਿਲਕੁਲ ਸਹੀ ਬਹੁਤ ਚੰਗਾ ਲੱਗਾ ਜੀ ਔਰ ਕਮਲਦੀਪ ਸਿੰਘ ਹਾਜ਼ਰ ਹੋ ਰਹੇ ਨੇ ਇੰਦਰੀ ਜੜੀਆ ਸਾਡਾ ਵੀਰ ਜੀ ਨੇ ਪਿਛਲੇ ਜੋ ਤੁਹਾਡੇ ਗੀਤ ਸ਼ੂਟ ਕੀਤੇ ਸੀ ਬਹੁਤ ਸੋਹਣਾ ਸ਼ੂਟ ਕੀਤਾ ਬੜਾ ਗਾਣਾ ਮਕਬੂਲ ਹੋਇਆ ਜੀ ਜਰੀਆ ਸਾਹਿਬ ਦਾ ਕੀਤਾ ਜੀ ਜੀ ਮਨੀ ਸੰਦੂਣ ਹੀ ਇਸ ਟ੍ਰੈਕ ਤੋਂ ਕਹਿੰਦੇ ਵੀ ਮਾਨ ਸਾਹਿਬ ਨੇ ਅਸਲ ਦੇ ਵਿੱਚ ਪੰਜਾਬ ਸੰਭਾਲ ਲਿਆ ਬਹੁਤ ਬਹੁਤ ਵੱਡੀ ਗੱਲ ਆ ਐਡੀ ਜ਼ਿੰਮੇਵਾਰੀ ਤੁਹਾਡੇ ਮੁੰਡਿਆਂ ਤੇ ਔਰ ਤੁਸੀਂ ਬਖੂਬੀ ਨਿਭਾ ਰਹੇ ਹੋ ਭਾਈ ਮੈਨੂੰ ਇਹ ਲੱਗਦਾ ਹੁੰਦਾ ਕਿ ਦੇਖੋ ਆਈ ਡੋਨਟ ਨੋ ਕਿ ਸੰਭਾਲਿਆ ਨਹੀਂ ਕੀ ਕੀਤਾ ਮੈਨੂੰ ਇਹ ਲੱਗਦਾ ਕਿ ਇੱਕ ਮੇਰਾ ਐਡਾ ਵੱਡਾ ਜਿਹੜਾ ਪੰਜਾਬੀਓ ਪਰਿਵਾਰ ਆ ਹਰਪਜ ਜਮਾਨ ਉਹਨਾਂ ਦਾ ਗਾਇਕ ਤੇ ਉਹਨਾਂ ਨੂੰ ਕਿਸੇ ਨੂੰ ਮੇਰੇ ਤੇ ਲਾਂਭਾ ਨਾ ਆਵੇ ਯਾਰ ਹਰਪਜ ਨੇ ਆ ਚੰਗਾ ਨਹੀਂ ਕੀਤਾ ਜੀ ਨਾ ਕੋਈ ਮੈਨੂੰ ਪੋਲਿਟਿਕਸ ਦਾ ਕੋਈ ਕਿਸੇ ਚੀਜ਼ ਦਾ ਸ਼ੌਕ ਨਹੀਂ ਬਾਈ ਜੀ ਮੈਨੂੰ ਸਿਰਫ ਹੈ ਕਿ ਮੈਂ ਰਹਿਂਦੀ ਉਮਰ ਜਿੰਨਾ ਵਧੀਆ ਕੰਮ ਕਰ ਸਕਦਾ ਮੈਂ ਪੰਜਾਬੀ ਜਿਹੜਾ ਫੋਕ ਜਿਹੜਾ ਸੰਗੀਤ ਹੈ ਸਾਡਾ ਕਿਉਂਕਿ ਫੋਕ ਜਿਹੜਾ ਪੰਜਾਬ ਦੀ ਮਿੱਟੀ ਦਾ ਸੰਗੀਤ ਹੈ ਕੋਈ ਸ਼ੱਕ ਨਹੀਂ ਹਨਾ ਜੀ ਹੁਣ ਵੀ ਐਸੀਆਂ ਚੀਜ਼ਾਂ ਪ੍ਰਾਣੀ ਹੈ ਮੈਂ ਪਿੱਛੇ ਜੇ ਸਾਰਾ ਪੂਰਨ ਦਾ ਜਿਹੜਾ ਕਿੱਸਾ ਸੀ ਬਾਪੂ ਜੀ ਦਾ ਲਿਖਿਆ ਹੋ ਰਿਕਾਰਡ ਕੀਤਾ ਤੇ ਮੈਨੂੰ ਹੈ ਕਿ ਇਹ ਚੀਜ਼ਾਂ ਸੰਭਗੀਆਂ ਜਾਣ ਜੀ ਸ਼ਾਇਦ ਉਸ ਵਾਲੀਆਂ ਪੀੜ੍ਹੀਆਂ ਜੋ ਕਿਸੇ ਨੇ ਉਹ ਵੀ ਬਹੁਤ ਸੋਣਾ ਹੋਇਆ ਸਾਜ਼ ਵੀ ਬਹੁਤ ਸੋਨੇ ਵਜੇ ਜੀ ਉਹ ਬਿਲਕੁਲ ਉਸੇ ਰੰਗ ਚ ਗਾਇਆ ਜਿਵੇਂ ਅਸੀਂ ਨਿੱਕੇ ਹੁੰਦੇ ਗਾਉਂਦੇ ਸੀ ਜੀ ਬਿਲਕੁਲ ਬਿਲਕੁਲ ਉਹ ਖੁਸ਼ਬੂਈ ਜਿਹੜੀ ਮਹਿਸੂਸ ਹੁੰਦੀ ਹੁਣ ਨਵੀਂ ਸੱਤ ਰੰਗੀ ਵੀ ਆ ਰਹੀ ਹੈ ਪੀਂਗ ਜੀ ਐਲਬਮ ਪੂਰੀ ਤੁਸੀਂ ਗੱਲ ਵੀ ਕਿਹਾ ਕਹਿੰਦੇ ਜਗ ਜਿਉਂਦਿਆਂ ਦੇ ਵੇਲੇ ਟੂ ਵੀ ਕਰੋ ਜੀ ਜਗ ਜਿਉਂਦੇ ਵੇਲੇ ਟੂ ਵੀ ਕਰ ਦਿੰਦੇ ਟੂ ਤਾਂ ਹੁਣ ਬਹੁਤ ਕਰਨੇ ਪੈਣਗੇ ਜੀ ਲੇਕਿਨ ਲੋਕ ਜਦ ਐਨੇ ਡਿਮਾਂਡਿੰਗ ਹੁੰਦੇ ਆ ਮੈਨੂੰ ਲੱਗਦਾ ਵੀ ਇੱਕ ਕਲਾਕਾਰ ਦੇ ਲਈ ਇਹ ਧਨ ਭਾਗੀ ਬਹੁਤ ਜੀ ਬਹੁਤ ਮਾਲਕ ਦੀ ਮੈਨੂੰ ਲੱਗਦਾ ਵੀ ਮੇਰੀ ਜ਼ਿੰਦਗੀ ਦੇ ਮੈਨੂੰ ਗਾਉਂਦੇ ਨੇ ਹੁਣ ਜਿੱਤੀ ਜਿੱਤੀ ਨੂੰ 92 ਦਸੰਬਰ ਚ ਆਈ ਸੀ ਜੀ ਜੀ ਤੇ 30 32 ਸਾਲਾਂ ਨੇ ਸਬਰ ਜਿਵੇਂ ਲੱਗਦਾ ਵੀ ਮੇਰੇ 20 22 ਗਾਣੇ ਤਾਂ ਜਿਵੇਂ ਲੋਕ ਗੀਤ ਬਣ ਗਏ ਹੋਣਗੇ ਤੇ ਬਹੁਤ ਤੁਸੀਂ ਬਹੁਤ ਵੱਡਾ ਸਮੇਂ ਦੀ ਨਿਜ਼ਾਕਤ ਨੂੰ ਮਹਿਸੂਸ ਕਰਦੇ ਆਂ ਫਿਲਮਾਂ ਬਾਰੇ ਜਾਣ ਕੇ ਗੱਲ ਨਹੀਂ ਕੀਤੀ ਲੇਕਿਨ ਸਾਡੇ ਇੱਕ ਬਹੁਤ ਪਿਆਰੇ ਸਰੋਤੇ ਪ੍ਰੀਤ ਭੁੱਲਰ ਕਹਿੰਦੇ ਜੀ ਆਨੂ ਦੇ ਨਾਲ ਫਿਲਮਾਂ ਦੇ ਵਿੱਚ ਠੰਡੀ ਹਵਾ ਦਾ ਬੁੱਲਾ ਲੈ ਕੇ ਆਉਣ ਦੇ ਲਈ ਬਾਈ ਦਾ ਧੰਨਵਾਦ ਕਰਨੇ ਚਲੋ ਬਹੁਤ ਧੰਨਵਾਦ ਜੀ ਭਾਈ ਜੀ ਸਵੱਬ ਮੈਂ ਫੇਰ ਕਿਹ ਸਵੱਬ ਬਣ ਜਾਂਦੇ ਵਿਦ ਬਣ ਜਾਂਦੀ ਬਸ ਇੰਨੀ ਇੱਕ ਗੱਲ ਆ ਬਾਕੀ ਉੱਪਰ ਵਾਲਾ ਕਰਾਉਣ ਵਾਲਾ ਉਹਨੇ ਕਿਹਨੂੰ ਮਾਨ ਦੇਣਾ ਜੀ ਉਹ ਬੜਾ ਸੋਹਣਾ ਇੱਕ ਪਰਸਾ ਦਾ ਨਵਾਂ ਨਾ ਮਾਨਸਰ ਦਾ ਬਾਬੂ ਸਿੰਘ ਮਾਨਸਰ ਦਾ ਗੀਤ ਮੈਂ ਰਿਕਾਰਡ ਕਰਵਾਇਆ ਜੀ ਰੱਬ ਰੂਹ ਵਿੱਚ ਰਹਿੰਦਾ ਹੈ ਜਦੋਂ ਤੱਕ ਰੱਬ ਰਾਜ਼ੀ ਰੂਹ ਰਾਜ਼ੀ ਉਹ 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 ਉਹਦੇ ਇੱਕ ਬੜਾ ਆਪਣਾ ਕਿ ਜਦ ਨਜ਼ਰ ਹੋਵੇ ਉਹਦੀ ਬੰਦੇ ਨੂੰ ਲੱਖ ਖੁਸ਼ੀਆਂ ਪਾਤਸ਼ਾਹੀਆਂ ਆਹਹੇ ਮਾਣ ਤਾਣ ਇੱਜ਼ਤ ਸਲਾਮਾ ਉਸ ਦੀਆਂ ਬੇਪਰਵਾਹੀਆਂ ਇਹ ਉਹਦੀ ਬੇਪਰਵਾਹੀ ਹੈ ਜੀ ਮਾਲਕ ਨੇ ਮਾਣ ਦਿੱਤਾ ਤੇ ਜਦ ਉਸ ਦੀਆਂ ਬੇਪਰਵਾਹੀਆਂ ਜਦ ਉਸ ਬੇਪਰਵਾਹ ਹੋ ਜੀ ਬੰਦਾ ਜਦ ਹੋ ਜੇ ਲਾਪਰਵਾਹ ਜੀ ਆਹਾਂ ਫਿਰ ਪਤਾ ਨਹੀਂ ਲੱਗਦਾ ਕਦੋਂ ਕਿ ਸਵਕਤ ਪਲਟ ਜਾਏ ਬਾਜ਼ੀ ਆਏ ਹਾਏ 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 ਕੀ ਬਾਤ ਆ ਕੀ ਬਾਤ ਆ ਉਹ ਇਹ ਬੇਪਰਵਾਹੀਆਂ ਉਹ ਤੋਂ ਡਰਨਾ ਰਹਿਣਾ ਚਾਹੀਦਾ ਜੀ ਇਸੇ ਤਰ੍ਹਾਂ ਚਸ਼ਮੇ ਵਾਂਗ ਵਾਕਦੇ ਰਹਿਣ ਤੇ ਉਮੀਦ ਕਰਦੇ ਆ ਕਿ ਹਰ ਪੰਜਨ ਮਾਨ ਹੋਣੀ ਜਿਹੜੇ ਕਿ ਅਸੀਂ ਨਿੱਕੇ ਹੁੰਦੇ ਕਿ ਗਾਣਾ ਗਰਪਾਲ ਸਿੰਘ ਪਾਲ ਸਾਹਿਬ ਦਾ ਬਹੁਤ ਵੱਜਦਾ ਹੁੰਦਾ ਉਹਨਾਂ ਦਾ ਦਾਤੇ ਦੀਆਂ ਬੇਪਰਵਾਹੀਆਂ ਤੋਂ ਬੇਪਰਵਾਹ ਡਰਿਆ ਕਰੀ ਤੂੰ ਵੀ ਤੇ ਪਾਲੀ ਲਿਖਾਇਆ ਸੀ ਬੜਾ ਸੁਣਾ ਗਾਣਾ ਹੁੰਦਾ ਸੀ ਜੀ ਨਾਮਦੇਵ ਨੂੰ ਗਵੰਡਰ ਨੂੰ ਪੁੱਛਦੀ ਹਾਂ ਬੜਾ ਇੱਕ ਧਾਰਮਿਕ ਰਿਕਾਰਡ ਸੀ ਉਹਨਾਂ ਦਾ ਬਹੁਤ ਕਮਾਲ ਦਾ ਸੀ ਜੀ 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 ਨਹੀਂ ਔਰ ਤੁਸੀਂ ਉਸ ਚੀਜ਼ ਨੂੰ ਹਮੇਸ਼ਾ ਆਪਣੇ ਨਾਲ ਨਾਲ ਰੱਖਿਆ ਪਰਛਾਵੇਂ ਵਾਂਗ ਔਰ ਕਿਤੇ ਵੀ ਸਾਨੂੰ ਗੁੱਟ ਫੜ ਕੇ ਕਹਿਣਾ ਨਹੀਂ ਪਿਆ ਕਿ ਬਾਈ ਜਰ ਐਨੀ ਐਂਗ ਹੈ ਨਾ ਇਹ ਬਹੁਤ ਵੱਡੀ ਗੱਲ ਹੈ ਬਹੁਤ ਸ਼ੁਕਰੀਆ ਮਾਨਸਰ ਬੰਦੇ ਦੇ ਕੰਨ ਬਾਈ ਜੀ ਮੈਂ ਸਮਝਦਾ ਵੀ ਮੈਨੂੰ ਇਕਬਾਲ ਮਾਲ ਸਾਹਿਬ ਨੇ ਟ੍ਰੰਟੋ ਨਿੱਕੇ ਜਿਹੇ ਹੁੰਦੇ ਨੇ ਇੱਕ ਗੱਲ ਬਹੁਤ ਜ਼ਿੰਦਗੀ ਪਰ ਹੋਈ ਆ ਉਹ ਕਹਿੰਦੇ ਕੰਨ ਆਉਦੇ ਜ਼ਰੂਰ ਸੁਰਚ ਰੱਖੀ ਬਿਲਕੁਲ ਸਹੀ ਵੀ ਤੂੰ ਕੀ ਸੁਣਦਾ ਇਹ ਸੁਰਚ ਇਹ ਉਹਦੇ ਨਾਲ ਹੀ ਅੱਧਾ ਸੁਰਚ ਤੇ ਸਮਝ ਤੇਰੇ ਦਿਮਾਗ ਦੇ ਉਹਦੇ ਚ ਹੀ ਹੋ ਜਾਊਗੀ ਜੀ ਇਹ ਤੂੰ ਸੁਣਦਾ ਕੀ ਆ ਸਰੋਤਾ ਵੀ ਬੰਦਾ ਤਕੜਾ ਚਾਹੀਦਾ ਹਾਂ ਉਹ ਲਫ਼ਜ਼ਾਂ ਬਾਰੇ ਪਤਾ ਹੋਵੇ ਕਿਹੜਾ ਵਜ਼ਨ ਕਿੱਥੇ ਫਿਰ ਸ਼ੌਕਤ अली ਸਾਹਿਬ ਉਹਨਾਂ ਦੀ ਬਹੁਤ ਲੰਮਾ ਸਮਾਂ ਸੰਗਤ ਮਾਣੀ ਅੱਛਾ ਜੀ ਉਹਨਾਂ ਬਹੁਤ ਪ੍ਰੇਮ ਸੀ ਜੀ ਹੂੰ ਤੇ ਨੌਸਰ ਸਾਹਿਬ ਨਾਲ ਕੈਨੇਡਾ ਇੱਕ ਵਾਰੀ ਉਹਨਾਂ ਦਾ ਬਕਾਇਦਾ ਕੁਝ ਟਾਈਮ ਗੁਜ਼ਾਰਨ ਦਾ ਮੌਕਾ ਮਿਲਿਆ ਬਹੁਤ ਵੱਡੇ ਭਾਗ ਬਹੁਤ ਵੱਡੇ ਭਾਗ ਮੈਂ ਮੈਂ ਕਹਿੰਦਾ ਉਹ ਮੈਂ ਖੁਸ਼ਕਿਸਮਤ ਮੈਂ ਇਹ 에ਹਰਾ ਦੇ ਵਿੱਚ ਰਿਹਾ ਜਦੋਂ ਇੰਨੇ ਲੋਕਾਂ ਨੂੰ ਜਿਹੜੇ ਆਪਣੇ ਅਲੱਗ-ਅਲੱਗ ਕੋਈ ਕਵੀਸ਼ਰੀ ਚਾਏ ਕੋਈ ਢਾਡੀ ਸੀ ਜਾਂ ਕਵਾਲ ਸੀ ਕੋਈ ਫੋਕ ਉਹ ਉਹਦੇ ਬਾਦਸ਼ਾਹ ਸੀ ਖੇਤਰ ਦੇ ਹਾਂ ਕੋਈ ਸ਼ੱਕ ਨਹੀਂ ਆਊਟ ਡੂ ਜੇ ਉਹਨਾਂ ਨੂੰ ਕੋਈ ਕਰ ਨਹੀਂ ਸਕੇ ਜੀ ਤੇ ਉਹ ਆਪਣੇ ਜਿਹੜੀ ਸਮਿਆਂ ਦੇ ਵਿੱਚ ਆਪਾਂ ਉਹਨਾਂ ਲੋਕਾਂ ਨੂੰ ਸੁਣਿਆ ਮਾਣਿਆ ਸੀ ਮੈਨੂੰ ਵੀ ਟਾਈਮ ਨਹੀਂ ਬੋਲਦਾ ਜਦੋਂ ਅਸੀਂ ਕਾਲੀ ਲੋਈ ਦੀ ਭੁੱਖ ਲਮਾਰ ਕੇ ਪਿੱਛੇ ਖੜੇ ਸੀ ਪ੍ਰੋਫੈਸਰ ਮੋਹਨ ਸਿੰਘ ਮੇਲੇ ਚ ਤੇ ਗੁਰਪ੍ਰੀਤਨ ਗਿੱਲ ਪਾਰਕਤ ਸਿੰਘ ਗਰੇਵਾਲ ਜੀ ਜਸਵਾਲ ਸਾਹਿਬ ਬੜੇ ਮਾਣ ਨਾਲ ਤੁਹਾਨੂੰ ਮੰਚ ਤੇ ਲੈ ਕੇ ਆਇਆ ਵੀ ਨਵਾਂ ਮੁੰਡਾ ਆਇਆ ਵੀ ਚਿੱਟੀਆਂ ਨਹੀਂ ਚਿੱਟੀਆਂ ਸੁਣਿਓ ਜਰਾ ਹਾਂ ਜੀ ਇੱਕ ਨਾ ਰਸ਼ ਕਿੰਨੇ ਲੋਕ ਦੇਖੋ ਕਿਦਾਂ ਪ੍ਰਵਾਨਗੀ ਦਿੱਤੀ ਉਹਨਾਂ ਬਹੁਤ ਬਹੁਤ ਲਾਈਫ ਦੇ ਵਿੱਚ ਭਾਈ ਜੀ ਇੰਨਾ ਮਾਲਕ ਨੇ ਐਡੀ ਔਕਾਤ ਨਹੀਂ ਸੀ ਜਿੰਨਾ ਕੁਝ ਮਾਲਕ ਸਾਹਿਬ ਮਾਲਕ ਪਰਮਾਤਮਾ ਨੇ ਜੀ ਦੇਤਾ ਜਾਂ ਦਿਖਾਤਾ ਜਿਹੜਾ ਮਾਣ ਲਿਆ ਜੀ ਕੀ ਬਾਤ ਹੈ ਬੜੀ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਨਾਲ ਸਾਡੇ ਪੁਲਿਸ ਵਾਲਾ ਮੁੰਡਾ ਕਹਿੰਦਾ ਵੀ ਵੈਲਕਮ ਭਾਜੀ ਮਿਹਰਬਾਨੀ ਜਤਿੰਦਰ ਗੌਰ ਬਾਲ ਜੀ ਕਹਿੰਦੇ ਬਹੁਤ ਬਹੁਤ ਸਤਿਕਾਰ ਵੀਰ ਨੂੰ ਤੇ ਬਹੁਤ ਬਹੁਤ ਸ਼ੁਕਰੀਆ ਜੀ ਜਤਿੰਦਰ ਗੌਰ ਬਾਲ